ਇਹ ਬਿਰਲੇ ਨੂੰ ਜਾਗਦੀ ਹੈ ਪ੍ਰੀਤੀ। ਇਹ ਜਾਗੀ ਸੀ ਬਾਬਾ ਫਰੀਦ ਜੀ ਨੂੰ। ਬਾਬਾ ਫਰੀਦ ਜੀ ਦੇ ਪਿੱਛੇ ਉਹਨਾਂ ਦੀ ਮਾਂ ਮਾਤਾ ਮਰੀਅਮ ਉਹਨਾਂ ਦਾ ਬੜਾ ਵੱਡਾ ਹੱਥ ਸੀ। ਬਾਬਾ ਫਰੀਦ ਜੀ ਜੋ ਸਨ ਇਹ ਅਫਗਾਨਿਸਤਾਨ ਦੇ ਬਾਦਸ਼ਾਹ ਦੇ ਖਾਨਦਾਨ ਵਿੱਚੋਂ ਸਨ। ਤਾਂ ਗਜ਼ਨੀ ਨੇ ਅਟੈਕ ਕਰ ਦਿੱਤਾ ਇਹਨਾਂ ਦੇ ਰਾਜ ਦੇ ਉੱਤੇ। ਫਿਰ ਇਹਨਾਂ ਦੇ ਜੋ ਬਜ਼ੁਰਗ ਸਨ ਪੜਦਾਦੇ ਵਗੈਰਾ ਉਹ ਜੰਗੇ ਮੈਦਾਨ ਵਿੱਚ ਜੂਝੇ ਨੇ, ਸ਼ਹੀਦੀਆਂ ਪਾਈਆਂ ਨੇ। ਇਹਨਾਂ ਦੇ ਦਾਦਾ ਜੀ ਇਹਨਾਂ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਆ ਗਏ। ਤਾਂ ਮੁਲਤਾਨ ਦੇ ਵਿੱਚ, ਬੜਾ ਪਾਕਿਸਤਾਨ ਦਾ ਇੱਕ ਮੰਨਿਆ ਪਰ ਮੰਨਿਆ ਸ਼ਹਿਰ, ਮੁਲਤਾਨ ਦੇ ਵਿੱਚ ਆ ਗਏ। ਮੁਲਤਾਨ ਦੇ ਰਾਜੇ ਨੂੰ ਜਦੋਂ ਪਤਾ ਚੱਲਿਆ ਕਿ ਇਹ ਤਾਂ ਸ਼ਾਹੀ ਖਾਨਦਾਨ ਦੇ ਨੇ ਔਰ ਇਹ ਡਰੇ ਵੀ ਨਹੀਂ, ਜੰਗੇ ਮੈਦਾਨ ਵਿੱਚ ਡੱਟ ਕੇ ਮੁਕਾਬਲਾ ਕੀਤਾ, ਇਹਨਾਂ ਦੇ ਪੜਦਾਦਿਆਂ ਨੇ ਸ਼ਹੀਦੀਆਂ ਪਾਈਆਂ ਨੇ, ਤਾਂ ਉਸਨੇ ਵੀ ਇਸ ਪਰਿਵਾਰ ਦੀ ਬੜਾ ਫਿਰ ਸੋਚਿਆ ਕਿ ਸਾਰਾ ਕੁਛ ਉੱਜੜ ਗਿਆ ਇਹਨਾਂ ਦਾ, ਇੱਥੇ ਆਏ ਨੇ ਤਾਂ ਇਹਨਾਂ ਦਾ ਸ਼ਾਹੀ ਠਾਠ ਬਾਠ ਬਣਿਆ ਹੀ ਰਹਿਣਾ ਚਾਹੀਦਾ ਹੈ। ਤਾਂ ਮੁਲਤਾਨ ਦੇ ਰਾਜੇ ਨੇ ਬਹੁਤ ਸਾਰੀ ਜ਼ਮੀਨ ਜੋ ਸੀ ਇਹਨਾਂ ਦੇ ਨਾਮ ਕਰ ਦਿੱਤੀ ਸੀ। ਤਾਂ ਜੋ ਮਾਤਾ ਮਰੀਅਮ ਸੀ ਬਾਬਾ ਫਰੀਦ ਜੀ ਦੇ ਮਾਤਾ ਜੀ, ਉਹ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਖਾਨਦਾਨ ਦੇ ਵਿੱਚੋਂ ਸਨ। ਤਾਂ ਭਜਨ ਬੰਦਗੀ ਵਾਲੇ ਔਰਤ, ਪਤਾ ਸੀ ਜੀਵਨ ਕਿਉਂ ਮਿਲਿਆ ਹੈ, ਸੋਝੀ ਸੀ ਇਸ ਗੱਲ ਦੀ, ਅਵੇਅਰਨੈਸ ਸੀ। ਉਹਨਾਂ ਨੇ ਫਿਰ ਕਿਹਾ ਕਿ ਦੇਖੋ ਉੱਜੜ ਗਿਆ ਸਾਡਾ ਸਾਰਾ ਕੁਛ, ਮੁਲਤਾਨ ਵਿੱਚ ਆਏ ਹਾਂ, ਫਿਰ ਵੀ ਖੁਦਾ ਨੇ ਸਾਡੇ ਉੱਤੇ ਇਤਨੀ ਰਹਿਮਤ ਕੀਤੀ, ਸਾਡਾ ਰੋਜ਼ੀ ਰੋਟੀ ਦਾ ਸਾਰਾ ਪ੍ਰਬੰਧ ਕਰ ਦਿੱਤਾ। ਫਿਰ ਆਪਣੇ ਪੁੱਤਰ ਨੂੰ ਸਮਝਾਇਆ ਮਾਤਾ ਮਰੀਅਮ ਨੇ, ਵੀ ਪੁੱਤਰ ਬੰਦਗੀ ਕਰਿਆ ਕਰ, ਨਾਮ ਜਪਿਆ ਕਰ, ਖੁਦਾਏ ਦਾ ਨਾਮ ਜਪਿਆ ਕਰ। ਤਾਂ ਬੱਚਾ ਛੋਟਾ ਹੈ, ਬੱਚਾ ਪੁੱਛਦਾ ਹੈ ਕਿ ਮਾਂ ਅਗਰ ਖੁਦਾ ਦਾ ਨਾਮ ਲਵਾਂਗਾ ਕੀ ਮਿਲੇਗਾ ਫਿਰ? ਤਾਂ ਮਾਂ ਨੇ ਕਿਹਾ ਖੁਦਾ ਸ਼ੱਕਰ ਦਿੰਦਾ ਹੈ। ਉਸ ਵਕਤ ਮਿੱਠਾ ਉਹ ਹੀ ਸੀ, ਜਿਵੇਂ ਹੁਣ ਉਸ ਬੱਚੇ ਨੂੰ ਕਹਿ ਦਈਏ ਚੋਕਲੇਟ ਜਾਂ ਆਈਸਕ੍ਰੀਮ ਜੋ ਬੱਚਾ ਲਾਈਕ ਕਰਦਾ ਹੋਵੇ, ਤਾਂ ਉਸ ਵਕਤ ਇੱਕ ਮਿੱਠਾ ਸ਼ੱਕਰ ਹੁੰਦੀ ਸੀ, ਗੁੜ ਸ਼ੱਕਰ। ਤਾਂ ਮਾਤਾ ਮਰੀਅਮ ਨੇ ਕਿਹਾ ਖੁਦਾ ਸ਼ੱਕਰ ਦਿੰਦਾ ਹੈ। ਤਾਂ ਬੱਚਾ ਬੜਾ ਖੁਸ਼, ਹੁਣ ਰੋਜ਼ ਮਾਂ ਜੋ ਹੈ ਆਪਣੇ ਬੱਚੇ ਨੂੰ ਬਿਠਾ ਦਿੰਦੀ ਹੈ, ਆਸਣ ਲਗਾ ਕੇ, ਮਸੱਲਾ ਵਿਛਾ ਕੇ, ਔਰ ਸਿਖਾਉਂਦੀ ਹੈ ਕਿ ਕਿਵੇਂ ਬੰਦਗੀ ਕਰਨੀ ਹੈ। ਜਿਵੇਂ ਅਸੀਂ ਬੱਚਿਆਂ ਨੂੰ ਮੂਲ ਮੰਤਰ ਸਿਖਾ ਦਈਏ, ਵਾਹਿਗੁਰੂ ਗੁਰ ਮੰਤਰ ਬਾਣੀਆਂ ਸਿਖਾ ਦਈਏ, ਇਵੇਂ ਹੀ। ਤਾਂ ਮਾਤਾ ਮਰੀਅਮ ਨੇ ਬਾਬਾ ਫਰੀਦ ਜੀ ਨੂੰ ਰੋਜ਼ ਆਸਣ ਲਗਾ ਕੇ ਬਿਠਾ ਦੇਣਾ ਖੁਦਾ ਦੀ ਬੰਦਗੀ ਕਰਨ ਦੇ ਲਈ, ਔਰ ਬਾਬਾ ਜੀ ਨੇ ਅੱਖਾਂ ਬੰਦ ਕਰਕੇ ਉਹ ਜਪਣਾ ਬੰਦਗੀ, ਜਿਵੇਂ ਵੀ ਆਪਣੇ ਧਰਮ ਅਨੁਸਾਰ ਕਰਦੇ ਸਨ। ਤਾਂ ਮਾਤਾ ਮਰੀਅਮ ਨੇ ਕੀ ਕਰਨਾ, ਸ਼ੱਕਰ ਜੋ ਹੈ ਉਹ ਲਪੇਟ ਕੇ ਪੁੜੀ ਬਣਾ ਕੇ ਉਸ ਮਸੱਲੇ ਦੇ ਨੀਚੇ ਰੱਖ ਦੇਣੀ, ਉਹ ਆਸਣ ਜੋ ਲਗਾਇਆ ਹੁੰਦਾ ਸੀ ਉਸ ਦੇ ਨੀਚੇ। ਤਾਂ ਜਦੋਂ ਬੰਦਗੀ ਕਰਕੇ ਹਟਣਾ ਤਾਂ ਮਾਤਾ ਮਰੀਅਮ ਨੇ ਕਹਿਣਾ ਦੇਖ ਪੁੱਤ ਖੁਦਾ ਸ਼ੱਕਰ ਰੱਖ ਕੇ ਗਿਆ ਹੈ ਕਿ ਨਹੀਂ। ਤਾਂ ਬੱਚੇ ਨੇ ਉਠਾਉਣਾ ਉਹ ਆਪਣਾ ਆਸਣ, ਉਸ ਦੇ ਨੀਚੇ ਪੂੜੀ ਦੇ ਵਿੱਚ ਸ਼ੱਕਰ ਲਪੇਟੀ ਹੋਣੀ। ਤਾਂ ਬੜਾ ਖੁਸ਼ ਹੋਣਾ ਬਾਬਾ ਫਰੀਦ ਜੀ ਨੇ ਵੀ ਮੈਂ ਨਾਮ ਜਪਦਾ ਹਾਂ ਖੁਦਾ ਦਾ ਔਰ ਖੁਦਾ ਮੈਨੂੰ ਸ਼ੱਕਰ ਦਿੰਦਾ ਹੈ। ਇਹ ਸਿਲਸਿਲਾ ਚੱਲਦਾ ਰਿਹਾ, ਬਾਬਾ ਫਰੀਦ ਜੀ ਬੜੇ ਖੁਸ਼ ਨੇ। ਇੱਕ ਦਿਨ ਮਾਤਾ ਮਰੀਅਮ ਬਾਹਰ ਗਏ ਹੋਏ ਸੀ ਕੁਛ ਸਮੇਂ ਦੇ ਲਈ, ਰਸਤੇ ਵਿੱਚ ਕੁਛ ਲੇਡੀਜ਼ ਮਿਲ ਗਈ ਆ, ਉਹਨਾਂ ਨਾਲ ਗੱਲਾਂ ਕਰਨ ਲੱਗ ਗਿਆ, ਥੋੜ੍ਹਾ ਟਾਈਮ ਵੱਧ ਲੱਗ ਗਿਆ। ਇੱਕਦਮ ਜਦੋਂ ਵਾਪਸ ਆਉਣ ਲੱਗੇ ਘਰ ਨੂੰ, ਧਿਆਨ ਵਿੱਚ ਆਇਆ ਵੀ ਮੇਰਾ ਪੁੱਤਰ ਤਾਂ ਬੰਦਗੀ ਕਰ ਵਟਿਆ ਹੋਵੇਗਾ ਔਰ ਅੱਜ ਮੈਂ ਸ਼ੱਕਰ ਨਹੀਂ ਰੱਖੀ, ਅੱਜ ਸ਼ੱਕਰ ਨਹੀਂ ਮਿਲੇਗੀ, ਮੇਰੇ ਪੁੱਤਰ ਦਾ ਵਿਸ਼ਵਾਸ ਟੁੱਟ ਜਾਏਗਾ। ਮਾਤਾ ਮਰੀਅਮ ਭੱਜੀ ਆਈ, ਜਦੋਂ ਆਪਣੇ ਘਰ ਦੇ ਅੰਦਰ ਬੜੀ ਐਂਟਰ ਕੀਤੀ ਤਾਂ ਉਹ ਹੈਰਾਨ ਹੈ ਕਿ ਉਸਦਾ ਪੁੱਤਰ ਸ਼ੱਕਰ ਖਾ ਰਿਹਾ ਹੈ। ਉਹਨੇ ਪੁੱਛਿਆ ਪੁੱਤਰ ਸ਼ੱਕਰ ਕਿੱਥੋਂ ਆਈ? ਤਾਂ ਪੁੱਤਰ ਨੇ ਕਿਹਾ ਰੋਜ਼ ਖੁਦਾ ਦਿੰਦਾ ਹੈ, ਅੱਜ ਵੀ ਮੈਂ ਉਸਦਾ ਨਾਮ ਜਪਿਆ, ਖੁਦਾ ਨੇ ਮੈਨੂੰ ਸ਼ੱਕਰ ਦਿੱਤੀ ਹੈ। ਤਾਂ ਅੱਜ ਮਾਤਾ ਮਰੀਅਮ ਨੇ ਜਾਣ ਲਿਆ ਉਸ ਖੁਦਾ ਨੇ ਮੇਰਾ ਭਰੋਸਾ ਵੀ ਰੱਖ ਲਿਆ ਔਰ ਇਹ ਵੀ ਦੇਖ ਲਿਆ ਹੁਣ ਵਕਤ ਆ ਗਿਆ ਹੈ ਆਪਣੇ ਪੁੱਤਰ ਨੂੰ ਦੱਸਾਂ ਕਿ ਸ਼ੱਕਰ ਲੈਣ ਦੇ ਲਈ ਖੁਦਾ ਨੂੰ ਨਹੀਂ ਜਪਣਾ ਉਸਦਾ ਨਾਮ, ਖੁਦਾ ਨੂੰ ਮਿਲਣ ਦੇ ਲਈ ਹੀ ਉਸਦਾ ਨਾਮ ਜਪਣਾ ਹੈ। ਫਿਰ ਮਾਤਾ ਮਰੀਅਮ ਨੇ ਆਪਣੇ ਪੁੱਤਰ ਬਾਬਾ ਫਰੀਦ ਜੀ ਨੂੰ ਸਮਝਾਇਆ ਪੁੱਤਰ ਇਹ ਸ਼ੱਕਰ ਲੈਣ ਲਈ ਜਾਂ ਚੀਜ਼ਾਂ ਲੈਣ ਲਈ ਨਹੀਂ ਖੁਦਾ ਦਾ ਨਾਮ ਜਪਣਾ, ਸਾਨੂੰ ਜੀਵਨ ਹੀ ਇਸ ਕਾਰਨ ਮਿਲਿਆ ਹੈ ਕਿ ਅਸੀਂ ਖੁਦਾ ਨੂੰ ਮਿਲਣਾ ਹੈ। ਤਾਂ ਫਿਰ ਮਾਤਾ ਮਰੀਅਮ ਨੇ ਆਪਣੇ ਪੁੱਤਰ ਨੂੰ ਕਿਹਾ ਜਾ ਜਿਵੇਂ ਮਰਜ਼ੀ ਖੁਦਾ ਨੂੰ ਪਾ। ਤੋ ਅੰਦਰ ਇਹੋ ਜਿਹੀ ਲਗਨ ਲਗਾਈ, ਇਹੋ ਜਿਹੀ ਲਗਨ ਲਗਾਈ, ਤੋੜ ਦਿੰਦੀ ਸੀ ਜਾ ਕਿਸੇ ਨੇ ਪੀਰ ਫਕੀਰ ਦੱਸਣਾ ਕਿ ਜਾ ਉਸ ਪੀਰ ਦੇ ਕੋਲ, ਸ਼ਾਇਦ ਉਹ ਤੈਨੂੰ ਖੁਦਾ ਦੇ ਨਾਲ ਮਿਲਾ ਦੇਵੇ। ਕਿੰਨਿਆਂ ਦੀ ਬਾਬਾ ਫਰੀਦ ਜੀ ਨੇ ਮੁਰੀਦੀ ਕੀਤੀ ਹੈ। ਕਹਿੰਦੇ ਨੇ 12 ਸਾਲ ਬਾਬਾ ਫਰੀਦ ਜੀ ਖੁਦਾ ਨੂੰ ਮਿਲਣ ਦੇ ਲਈ ਜੰਗਲਾਂ ਦੇ ਵਿੱਚ ਭਟਕੇ ਨੇ, 12 ਸਾਲ ਖੁਦਾ ਮਿਲਿਆ ਨਹੀਂ, ਲੇਕਿਨ ਨਾਮ ਜਪਦਿਆਂ ਬੰਦਗੀ ਕਰਦਿਆਂ ਅੰਦਰ ਤੜਪ ਤਾਂ ਖੁਦਾ ਦੀ ਹੈ।
ਪਿਆਸ ਤਾਂ ਉਸੇ ਦੀ ਹੈ ਢੋਤ ਬੰਦਗੀ ਕਰਦਿਆਂ ਕਰਦਿਆਂ ਔਰ ਇਹ ਵੀ ਦੱਸ ਰਹੇ ਨੇ ਕਿ ਇਤਿਹਾਸਕਾਰ ਕਿ ਖੂਹ ਦੇ ਵਿੱਚ ਵੀ ਲਟਕੇ ਨੇ ਕਈ ਤਾਂ 12 ਸਾਲ ਹੀ ਲਿਖ ਦਿੰਦੇ ਨੇ ਹੁਣ ਆਪਣਾ ਆਪਣਾ ਅਲੱਗ ਅਲੱਗ ਮੱਤ ਹੈ ਲੇਕਿਨ ਖੂਹ ਦੇ ਵਿੱਚ ਵੀ ਬਾਬਾ ਜੀ ਲਟਕੇ ਨੇ ਕਿਸੇ ਨੇ ਦੱਸਿਆ ਅਗਰ ਉਲਟੇ ਖੂਹ ਦੇ ਵਿੱਚ ਲਟਕ ਜਾਓ ਪ੍ਰਾਣ ਦਸਮ ਦੁਆਰ ਦੇ ਵਿੱਚ ਆ ਜਾਂਦੇ ਨੇ ਇਵੇਂ ਖੁਦਾ ਮਿਲਦਾ ਹੈ ਤਾਂ ਉਸਦੇ ਪ੍ਰੇਮ ਦੇ ਲਈ ਉਲਟੇ ਖੂਹ ਵਿੱਚ ਵੀ ਲਟਕੇ ਨੇ ਲੇਕਿਨ ਖੁਦਾ ਨਹੀਂ ਮਿਲਿਆ ਹੁਣ ਜੰਗਲ ਦੇ ਵਿੱਚ ਜਦੋਂ ਰਹਿ ਰਹੇ ਨੇ ਕਿਤਨੇ ਸਾਲਾਂ ਤੋਂ ਤਾਂ ਜੰਗਲ ਦੇ ਵਿੱਚ ਖਾਣ ਪੀਣ ਨੂੰ ਕਿਤੇ ਕੀ ਮਿਲਦਾ ਹੈ ਥੋੜ੍ਹਾ ਬਹੁਤ ਫਲ ਫਰੂਟ ਖਾ ਲਿਆ ਬਾਕੀ ਹੋਰ ਕੁਛ ਨਹੀਂ ਮਿਲਦਾ ਸਰੀਰ ਸੁੱਕ ਚੁੱਕਾ ਹੈ ਕਿਹੋ ਜਿਹਾ ਸਰੀਰ ਹੋ ਚੁੱਕਾ ਹੈ ਤਨ ਸੁੱਕਾ ਪਿੰਜਰ ਤੀਆ ਤਲੀਆਂ ਕੁੰਡੇ ਕਾਗ ਅਜੇ ਸੋ ਰੱਬ ਨਾ ਬੋਹੜਿਓ ਦੇਖ ਬੰਦੇ ਕੇ ਪਾਗ ਇਹੋ ਜਿਹਾ ਹੱਲ ਹੋ ਚੁੱਕਾ ਹੈ ਖੁਦਾ ਨਹੀਂ ਮਿਲਿਆ ਲੇਕਿਨ ਇੱਕ ਦਿਨ ਬਾਬਾ ਫਰੀਦ ਜੀ ਜੰਗਲ ਦੇ ਵਿੱਚ ਅੰਮ੍ਰਿਤ ਵੇਲੇ ਵਿੱਚ ਆਪਣੀ ਬੰਦਗੀ ਕਰਨ ਲੱਗੇ ਤੋ ਜਿਵੇਂ ਪੰਛੀਆਂ ਦਾ ਸੁਭਾਅ ਹੈ ਉਹ ਚੀਂਚੀ ਚੀਂਚੀ ਕਰਨ ਲੱਗ ਜਾਂਦੇ ਨੇ ਤੜਕੇ ਅੰਮ੍ਰਿਤ ਵੇਲੇ ਵਿੱਚ ਤੋ ਪੰਛੀ ਚੀਂਚੀ ਕਰਨ ਲੱਗ ਗਏ ਚਿੜੀਆਂ ਚੂੰ 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 ਬਾਬਾ ਜੀ ਨੂੰ ਲੱਗਿਆ ਕਿ ਮੇਰੀ ਬੰਦਗੀ ਦੇ ਵਿੱਚ ਡਿਸਟਰਬੈਂਸ ਹੋਵੇਗੀ ਇਹਨਾਂ ਦੀ ਆਵਾਜ਼ ਦੀ ਤਾਂ ਸਹਿ ਸੁਭਾਏ ਕਹਿ ਦਿੱਤਾ ਮਰ ਜਾਓ ਚਿੜੀਓ ਚਿੜੀਆਂ ਸ਼ਾਂਤ ਹੋ ਗਈਆਂ ਬਾਬਾ ਜੀ ਅੱਖਾਂ ਬੰਦ ਕਰਕੇ ਆਪਣਾ ਧਿਆਨ ਦੇ ਵਿੱਚ ਬੰਦਗੀ ਦੇ ਵਿੱਚ ਜੁੜ ਗਏ ਕਾਫੀ ਸਮੇਂ ਬਾਅਦ ਜਦੋਂ ਅੱਖਾਂ ਖੋਲੀਆਂ ਤਾਂ ਕੀ ਦੇਖਦੇ ਨੇ ਉਹ ਦਰਖਤ ਤੋਂ ਨੀਚੇ ਚਿੜੀਆਂ ਗਿਰੀਆਂ ਹੋਈਆਂ ਨੇ ਮਰੀਆਂ ਪਈਆਂ ਨੇ ਇੱਕਦਮ ਮਨ ਦੇ ਵਿੱਚ ਧਿਆਨ ਆਇਆ ਵੀ ਉਹ ਮੈਂ ਹੀ ਕਿਹਾ ਸੀ ਚਿੜੀਓ ਮਰ ਜਾਓ ਸ਼ਾਇਦ ਇਸ ਕਾਰਨ ਤਾਂ ਨਹੀਂ ਮਰ ਗਈਆਂ ਨਾਲ ਲੱਗਦਾ ਫਿਰ ਕਹਿੰਦੇ ਨੇ ਚਿੜੀਓ ਉੜ ਜਾਓ ਚਿੜੀਆਂ ਫੁਰਨ ਕਰਕੇ ਉੜ ਗਈਆਂ ਤਾਂ ਪਤਾ ਚੱਲ ਗਿਆ ਬਾਣੀ ਵਿੱਚ ਇਤਨੀ ਤਾਕਤ ਆ ਚੁੱਕੀ ਹੈ ਲੇਕਿਨ ਖੁਦਾ ਨਹੀਂ ਮਿਲਿਆ ਇਹ ਰਿੱਧੀਆਂ ਸਿੱਧੀਆਂ ਸ਼ਕਤੀਆਂ ਇਹ ਆ ਗਈਆਂ ਸਨ ਖੁਦਾ ਨਹੀਂ ਸੀ ਮਿਲਿਆ ਜਿਸ ਆਨੰਦ ਦੀ ਜਿਸ ਸੱਚ ਦੀ ਤਲਾਸ਼ ਸੀ ਉਹ ਨਹੀਂ ਮਿਲਿਆ ਬੜਾ ਪਛਤਾ ਰਹੇ ਨੇ ਫਰੀਦਾ ਤੋਂ ਇੰਨਾ ਕੁਛ ਕਰ ਰਿਹਾ ਹੈ ਕਦੀ ਪੁੱਠਾ ਲਟਕ ਰਿਹਾ ਹੈ ਜੰਗਲ ਵਿੱਚ ਭਟਕ ਰਿਹਾ ਹੈ ਖੁਦਾ ਦੀ ਤਲਾਸ਼ ਦੇ ਲਈ ਤੇਰਾ ਸਰੀਰ ਦਾ ਕੀ ਹਾਲ ਹੋ ਗਿਆ ਹੈ ਫਰੀਦਾ ਤਨ ਸੁੱਕਾ ਪਿੰਜਰ ਤੀਆ ਤਲੀਆਂ ਖੁੰਡੇ ਕਾਗ ਅਜੇ ਉਸ ਰੱਬ ਨਾ ਬੋਹੜਿਓ ਦੇਖ ਬੰਦੇ ਦੇ ਭਾਗ ਬੰਦੇ ਦੇ ਭਾਗ ਤਾਂ ਦੇਖੋ ਹਾਲੇ ਤੱਕ ਕਹਿੰਦੇ ਰੱਬ ਬੋੜਿਆ ਹੀ ਨਹੀਂ ਧੰਨ ਨੇ ਬਾਬਾ ਫਰੀਦ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਖਿਆਲ ਤਾਂ ਆਇਆ ਕਿ ਹਾਲੇ ਰੱਬ ਬੋੜਿਆ ਹੀ ਨਹੀਂ ਸਾਡੇ ਕਦੀ ਆਉਂਦਾ ਹੀ ਨਹੀਂ ਮਨ ਵਿੱਚ ਕਦੀ ਵੀ ਨਹੀਂ ਆਉਂਦਾ ਅਜੇ ਉਸ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ ਕਦੀ ਨਹੀਂ ਆਉਂਦਾ ਪਤਾ ਨਹੀਂ ਅਗਲਾ ਸਵਾਸ ਆਵੇ ਕਿ ਨਾ ਆਵੇ ਇਹ ਰਹਿੰਦੇ ਸਵਾਸਾਂ ਵਿੱਚ ਸਾਨੂੰ ਵੀ ਪਰਮਾਤਮਾ ਦੇ ਦਰਸ਼ਨ ਹੋ ਜਾਣ ਆਉਂਦਾ ਹੀ ਨਹੀਂ ਇਹ ਖਿਆਲ ਸੰਗਤ ਵਿੱਚ ਆ ਕੇ ਵੀ ਮੰਗਾਂ ਦੁਨੀਆਂ ਭਰਦੀਆਂ ਸੀ ਲੈ ਲੈ ਕੇ ਬੈਠੇ ਰਹਿ ਜਾਂਦੇ ਹਾਂ ਤੋ ਧੰਨ ਭਾਗ ਬਾਬਾ ਜੀ ਦੇ ਜਿਨ੍ਹਾਂ ਦੇ ਮਨ ਵਿੱਚ ਖਿਆਲ ਆਇਆ ਐ ਫਰੀਦਾ ਤੇਰਾ ਸਰੀਰ ਸੁੱਕ ਗਿਆ ਪਿੰਜਰੇ ਵਰਗਾ ਐਨ ਸੁੱਕਿਆ ਪਿਆ ਔਰ ਅਜੇ ਤੱਕ ਤੈਨੂੰ ਰੱਬ ਨਹੀਂ ਮਿਲਿਆ ਤੇਰੇ ਭਾਗ ਤਾਂ ਦੇਖ ਕਿਹੋ ਜਿਹੇ ਨੇ ਤਲੀਆਂ ਖੁੰਡੇ ਕਾਗ ਕਾਗ ਜਿਹੜੇ ਨੇ ਤੇਰਾ ਮਾਸ ਨੋਚ ਰਹੇ ਨੇ ਫਿਰ ਕਹਿੰਦੇ ਨੇ ਕਾਵਾਂ ਨੂੰ ਨੋਚ ਲਓ ਮੇਰਾ ਨਾ ਮਾਸ ਨੋਚ ਲਓ ਜਿੰਨਾ ਮਰਜ਼ੀ ਇੱਥੇ ਵਿਕਾਰ ਰੂਪੀ ਕਾਂ ਕਹੇ ਨੇ ਉਹ ਸਿੰਬੋਲਿਕ ਕਹਿੰਦੇ ਨੋਚ ਲਓ ਮੇਰਾ ਮਾਸ ਕਾਗਾ ਕਰੰਗ ਢਡੋਲਿਆ ਸਗਲਾ ਖਾਇਆ ਮਾਸ ਇਹ ਦੋਨੇ ਨਾ ਮਤ ਚੂਹੋ ਫਿਰ ਦੇਖਣ ਕੀ ਆਸ ਕਹਿੰਦੇ ਸਭ ਕੁਛ ਮੇਰਾ ਚੂੰਡ ਲਓ ਕਰ ਲਓ ਜੋ ਮਰਜ਼ੀ ਕਰੀ ਜਾਓ ਲੇਕਿਨ ਮੇਰੇ ਇਹ ਦੋ ਨੈਣਾ ਦੋ ਅੱਖੀਆਂ ਨੂੰ ਨਾ ਛੋਇਓ ਕਿਉਂ ਇਹਨਾਂ ਅੱਖੀਆਂ ਦੇ ਨਾਲ ਮੈਨੂੰ ਪਿਆਰੇ ਪ੍ਰੀਤਮ ਪਾਰ ਬ੍ਰਹਮ ਦੇ ਮਿਲਣ ਦੀ ਉਸ ਖੁਦਾ ਦੇ ਮਿਲਣ ਦੀ ਇਸ ਦੇ ਨਾਲ ਆਸ ਹੈ ਕਿ ਇਹਨਾਂ ਅੱਖੀਆਂ ਦੇ ਨਾਲ ਮੈਂ ਉਸਦੇ ਦਰਸ਼ਨ ਕਰਾਂਗਾ ਬਸ ਮੇਰੀਆਂ ਅੱਖੀਆਂ ਨੂੰ ਨਾ ਛੋਇਓ ਬਾਕੀ ਹੋਰ ਜੋ ਮਰਜ਼ੀ ਕਰ ਲਓ ਕਹਿੰਦੇ ਨੇ ਸੱਚੀ ਲਗਨ ਹੋਵੇ ਸੱਚੀ ਤੜਪ ਹੋਵੇ ਸੱਚੀ ਪਿਆਸ ਹੋਵੇ ਹੋ ਹੀ ਨਹੀਂ ਸਕਦਾ ਪਰਮਾਤਮਾ ਪ੍ਰਬੰਧ ਨਾ ਕਰੇ ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਜਿਸ ਨੂੰ ਮਿਲਣਾ ਚਾਹੁੰਦੇ ਨੇ ਫਿਰ ਕਹਿੰਦੇ ਨੇ ਜੰਗਲਾਂ ਦੇ ਵਿੱਚ ਕੋਈ ਸਾਧੂ ਮਿਲੇ ਬਾਬਾ ਜੀ ਨੂੰ ਉਹਨਾਂ ਨੇ ਕਿਹਾ ਫਰੀਦਾ ਤੂੰ ਕਹਿੰਦਾ ਹੈ ਇਹ ਦੋਏ ਨੈਣਾ ਮਤ ਚੂਹੋ ਫਿਰ ਦੇਖਣ ਕੀ ਆਸ ਓਏ ਫਰੀਦਾ ਉਹ ਇਹਨਾਂ ਅੱਖੀਆਂ ਦੇ ਨਾਲ ਥੋੜ੍ਹੀ ਦਿਸਦਾ ਹੈ ਜਿਸ ਪਿਆਰੇ ਨੂੰ ਤੂੰ ਮਿਲਣਾ ਚਾਹੁੰਦਾ ਹੈ ਉਹ ਇਹਨਾਂ ਅੱਖੀਆਂ ਦੇ ਨਾਲ ਨਹੀਂ ਦਿਸਦਾ ਉਸਦੇ ਦਰਸ਼ੇ ਇਹਨਾਂ ਅੱਖੀਆਂ ਦੇ ਨਾਲ ਨਹੀਂ ਹੁੰਦੇ ਬਾਬਾ ਜੀ ਕਹਿੰਦੇ ਇਹਨਾਂ ਅੱਖੀਆਂ ਦੇ ਨਾਲ ਨਹੀਂ ਦਰਸ਼ਨ ਹੁੰਦੇ ਉਹਨਾਂ ਨੇ ਕਿਹਾ ਨਹੀਂ ਭਾਈ ਇਹਨਾਂ ਅੱਖੀਆਂ ਨਾਲ ਦਰਸ਼ਨ ਨਹੀਂ ਹੁੰਦੇ ਫਿਰ ਉਹ ਕਿਹੜੀਆਂ ਅੱਖੀਆਂ ਨੇ ਉਹਨਾਂ ਨੇ ਕਿਹਾ ਉਹ ਅੱਖੀਆਂ ਤਾਂ ਪ੍ਰੇਮ ਦੀਆਂ ਅੱਖੀਆਂ ਨੇ ਉਹ ਭਾਵਨਾ ਦੀਆਂ ਅੱਖੀਆਂ ਨੇ ਉਹ ਹਿਰਦੇ ਦੀਆਂ ਅੱਖੀਆਂ ਨੇ ਉਹ ਮਨ ਦੀਆਂ ਅੱਖੀਆਂ ਨੇ ਨਾਨਕ ਸੇ ਅੱਖੜੀਆਂ ਵਿਅਨ ਜਿਨ੍ਹਾਂ ਡਸੰਦੋ ਮਾਂ ਪਰੀ ਉਹ ਤਾਂ ਅੱਖੀਆਂ ਹੀ ਹੋਰ ਨੇ
ਬਾਬਾ ਜੀ ਨੇ ਕਿਹਾ ਉਹ ਅੱਖੀਆਂ ਹੋਰ ਨੇ ਫਿਰ ਮੈਨੂੰ ਕੌਣ ਦੱਸੇਗਾ ਉਹ ਮੇਰੀਆਂ ਅੱਖੀਆਂ ਉਹਨਾਂ ਸਾਧੂਆਂ ਨੇ ਕਿਹਾ ਸੱਚਾ ਗੁਰੂ ਹੀ ਉਹ ਅੱਖੀਆਂ ਜਿਹੜੀਆਂ ਨੇ ਉਹ ਜਗਾ ਕੇ ਰੱਖਦਾ ਹੈ ਹੋਰ ਕੋਈ ਨਹੀਂ ਦੱਸ ਸਕਦਾ ਸੱਚੇ ਗੁਰੂ ਦੇ ਪਾਸ ਜਾ ਉਹ ਤੇਰਾ ਖੁਦਾਈ ਦੇ ਨਾਲ ਮੇਲ ਕਰਾਏਗਾ ਸੱਚਾ ਗੁਰੂ ਕੀ ਕਰਦਾ ਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਦਿਵ ਦ੍ਰਿਸ਼ਟ ਹੋਈ ਸਤਿਗੁਰ ਖੋਲ੍ਹ ਕੇ ਰੱਖ ਦਿੰਦਾ ਹੈ ਸਾਰੇ ਪਰਦੇ ਲਾਹ ਕੇ ਰੱਖ ਦਿੰਦਾ ਹੈ ਸੱਚਾ ਗੁਰੂ ਭਗਤੀ ਬੜੀ ਕੀਤੀ ਬਾਬਾ ਫਰੀਦ ਜੀ ਨੇ ਹਾਲੇ ਤੱਕ ਸੱਚਾ ਗੁਰੂ ਨਹੀਂ ਸੀ ਮਿਲਿਆ ਖੁਦਾਈ ਨਹੀਂ ਮਿਲਿਆ ਉਹ ਆਨੰਦ ਉਹ ਸੱਚ ਉਹ ਅੰਮ੍ਰਿਤ ਦੇ ਝਰਨੇ ਅੰਦਰੋਂ ਨਹੀਂ ਸਨ ਫੁੱਟੇ ਫਿਰ ਸਾਧੂਆਂ ਨੂੰ ਪੁੱਛਿਆ ਬਾਬਾ ਜੀ ਨੇ ਸੱਚਾ ਗੁਰੂ ਅਗਰ ਮੇਰੀਆਂ ਅੱਖੀਆਂ ਜਾਗਰਤ ਕਰੇਗਾ ਫਿਰ ਸੱਚਾ ਗੁਰੂ ਹੈ ਕਿੱਥੇ ਕਿੱਥੇ ਮਿਲੇਗਾ ਉਹਨਾਂ ਸਾਧੂਆਂ ਨੇ ਕਿਹਾ ਜਾਂ ਅਜਮੇਰ ਵਿੱਚ ਚਲਾ ਜਾ ਕਾਕਾ ਬਖਤਿਆਰ ਨਾਮ ਦਾ ਗੁਰੂ ਉਹ ਆਪ ਸੱਚ ਹੈ ਸੱਚ ਦਾ ਹੀ ਰੂਪ ਹੈ ਉਸਦੀ ਸ਼ਰਨ ਵਿੱਚ ਚਲਾ ਜਾ ਉਹ ਤੇਰਾ ਸੱਚ ਦੇ ਨਾਲ ਮੇਲ ਕਰਵਾ ਦੇਵੇਗਾ ਬਾਬਾ ਜੀ ਬੜੇ ਖੁਸ਼ ਹਾਲੇ ਸਵਾਸ ਚੱਲ ਰਹੇ ਨੇ ਹਾਲੇ ਖੁਦਾ ਨੇ ਜੀਵਨ ਦਿੱਤਾ ਹੋਇਆ ਹੈ ਚਲੋ ਰਹਿੰਦੇ ਜੀਵਨ ਦੇ ਵਿੱਚ ਸੱਚੇ ਗੁਰੂ ਦੀ ਕਿਸੇ ਨੇ ਦੱਸ ਪਾਈ ਹੈ ਚੱਲਾਂ ਗੁਰੂ ਦੀ ਸ਼ਰਨ ਦੇ ਵਿੱਚ ਸੱਚੇ ਗੁਰੂ ਦੀ ਸ਼ਰਨ ਵਿੱਚ ਕਾਕਾ ਬਖਤਿਆਰ ਨਾਮ ਦੇ ਗੁਰੂ ਦੇ ਪਾਸ ਪਹੁੰਚੇ ਨੇ ਜਦੋਂ ਪਹੁੰਚੇ ਨੇ ਗੁਰੂ ਦੀਆਂ ਆਪਣੀਆਂ ਮੌਜਾਂ ਹੁੰਦੀਆਂ ਨੇ ਉਹ ਛੋਟੇ ਛੋਟੇ ਬੱਚਿਆਂ ਦੇ ਨਾਲ ਬੋਲ ਖੇਡ ਰਹੇ ਨੇ ਕਦੀ ਨੀਚੇ ਟੱਪਾ ਪਾ ਰਹੇ ਨੇ ਕਦੀ ਉੱਪਰ ਨੂੰ ਉਛਾਲ ਰਹੇ ਨੇ ਬੱਚਿਆਂ ਨਾਲ ਖੇਡ ਰਹੇ ਨੇ ਆਪਣੀ ਮਸਤੀ ਵਿੱਚ ਬਾਬਾ ਫਰੀਦ ਜੀ ਪਹੁੰਚੇ ਮਨ ਦੇ ਵਿੱਚ ਖਿਆਲ ਆਇਆ ਕਿ ਦੱਸ ਦੇਣਾ ਚਾਹੀਦਾ ਹੈ ਕੋਈ ਸ਼ਕਤੀ ਆਈ ਹੈ ਭਾਈ ਮੈਂ ਵੀ ਇੰਨੇ ਸਾਲਾਂ ਦੀ ਬੰਦਗੀ ਕੀਤੀ ਹੈ ਰਿੱਧੀਆਂ ਸਿੱਧੀਆਂ ਸ਼ਕਤੀਆਂ ਨੇ ਮੇਰੇ ਪਾਸ ਦੱਸਣਾ ਚਾਹੀਦਾ ਹੈ ਕੋਈ ਸ਼ਕਤੀ ਆਈ ਹੈ ਤੋ ਉਹ ਗੁਰੂ ਨੇ ਜਦੋਂ ਬੋਲ ਹਵਾ ਵਿੱਚ ਉਛਾਲੀ ਬਾਬਾ ਫਰੀਦ ਜੀ ਨੇ ਆਪਣੀ ਦ੍ਰਿਸ਼ਟੀ ਪਾਈ ਬੋਲ ਹਵਾ ਦੇ ਵਿੱਚ ਹੀ ਰਹਿ ਗਈ ਲਟਕਦੀ ਨੀਚੇ ਨਹੀਂ ਆਈ ਗੁਰੂ ਨੇ ਪਲਟ ਕੇ ਪਿੱਛੇ ਦੇਖਿਆ ਕਾਕਾ ਬਖਤਿਆਰ ਨਾਮ ਦੇ ਮੁਰਸ਼ਦ ਨੇ ਫਿਰ ਦੇਖਿਆ ਬੋਲ ਵੱਲ ਨੂੰ ਔਰ ਮੁਰਸ਼ਦ ਨੇ ਬੋਲ ਨੂੰ ਨੀਚੇ ਕਰ ਦਿੱਤਾ ਬੱਚਿਆਂ ਨੂੰ ਕਿਹਾ ਜਾਓ ਤੁਸੀਂ ਖੇਡੋ ਬੱਚਿਆਂ ਨੂੰ ਖੇਡਣ ਲਾਤਾ ਪੁੱਛਿਆ ਹਾਂ ਬਈ ਕਾਕਾ ਕੀ ਕਰਨ ਆਇਆ ਹੈ ਬਾਬਾ ਫਰੀਦ ਜੀ ਕਹਿੰਦੇ ਜੀ ਤੁਹਾਨੂੰ ਗੁਰੂ ਧਾਰਨ ਕਰਨ ਆਇਆ ਹੈ ਉਹ ਕਹਿੰਦੇ ਗੁਰੂ ਧਾਰਨ ਕਰਨ ਆਇਆ ਹੈ ਕਿ ਗੁਰੂ ਬਣਨ ਆਇਆ ਹੈ ਜਾ ਚਲਾ ਜਾ ਤੇਰੇ ਲਈ ਇੱਥੇ ਕੋਈ ਜਗ੍ਹਾ ਨਹੀਂ ਬੜਾ ਪਛਤਾਵਾ ਹੋਇਆ ਬਾਬਾ ਫਰੀਦ ਜੀ ਨੂੰ ਸਾਰਾ ਜੀਵਨ ਤੋਂ ਭਟਕਦਾ ਰਿਹਾ ਕਿਸੇ ਨੇ ਸੱਚੇ ਗੁਰੂ ਬਾਰੇ ਤੈਨੂੰ ਦੱਸਿਆ ਔਰ ਸੱਚੇ ਗੁਰੂ ਆ ਕੇ ਸੱਚੇ ਗੁਰੂ ਦੇ ਪਾਸ ਆ ਕੇ ਤੂੰ ਆਪਣੀਆਂ ਸ਼ਕਤੀਆਂ ਦਾ ਦਿਖਾਵਾ ਕਰ ਰਿਹਾ ਹੈ ਗੁਰੂ ਨੇ ਰੱਖਿਆ ਨਹੀਂ ਐਡਮਿਸ਼ਨ ਦਿੱਤੀ ਨਹੀਂ ਭੇਜ ਦਿੱਤਾ ਬਾਬਾ ਜੀ ਚਲੇ ਗਏ ਲੇਕਿਨ ਮਨ ਵਿੱਚ ਬੜਾ ਪਛਤਾਵਾ ਹੈ ਅਗਲੀ ਵਾਰ ਫਿਰ ਗਏ ਨੇ ਹੁਣ ਗਏ ਨੇ ਕਿ ਹੁਣ ਕੋਈ ਦਿਖਾਵਾ ਨਹੀਂ ਕਰਨਾ ਵੀ ਤੈਨੂੰ ਤਲਾਸ਼ ਤਾਂ ਸੱਚੇ ਖੁਦਾ ਦੀ ਹੈ ਫਿਰ ਆਏ ਨੇ ਗੁਰੂ ਦੀ ਫਿਰ ਆਪਣੀ ਮੌਜ ਸਿਖਰ ਦੁਪਹਿਰਾ ਉਹ ਦਰੱਖਤ ਦੇ ਨੀਚੇ ਬੈਠੇ ਨੇ ਅੱਧੇ ਲੇਟੇ ਹੋਏ ਨੇ ਅੱਧੇ ਬੈਠੇ ਹੋਏ ਨੇ ਅੱਖਾਂ ਬੰਦ ਜਿਸ ਦਰੱਖਤ ਦੇ ਨੀਚੇ ਨੇ ਉਸ ਦਰੱਖਤ ਨੂੰ ਇੱਕ ਵੀ ਪੱਤਾ ਨਹੀਂ ਤਾਂ ਬਾਬਾ ਜੀ ਨੇ ਜਦੋਂ ਦੇਖਿਆ ਮਨ ਵਿੱਚ ਖਿਆਲ ਆਇਆ ਇਹ ਕਾਕਾ ਬਖਤਿਆਰ ਨਾਮ ਦਾ ਜੋ ਮੁਰਸ਼ਦ ਨੇ ਹੋ ਸਕਦਾ ਅੰਮ੍ਰਿਤ ਵੇਲੇ ਵਿੱਚ ਹੀ ਆ ਕੇ ਬੈਠ ਗਏ ਹੋਣ ਬੰਦਗੀ ਦੇ ਲਈ ਔਰ ਇਹਨਾਂ ਨੂੰ ਨਹੀਂ ਪਤਾ ਚੱਲਿਆ ਕਿ ਬਾਹਰ ਧੁੱਪ ਆ ਚੁੱਕੀ ਹੈ ਆਪਣੀ ਸੁਰਤੀ ਵਿੱਚ ਅੰਤਰ ਆਤਮੇ ਲੀਨ ਨੇ ਨਹੀਂ ਪਤਾ ਚੱਲਿਆ ਹੋਣਾ ਕਿ ਧੁੱਪ ਆ ਗਈ ਹੈ ਔਰ ਜਿਸ ਦਰੱਖਤ ਦੇ ਨੀਚੇ ਨੇ ਉਸਨੂੰ ਇੱਕ ਵੀ ਪੱਤਾ ਨਹੀਂ ਤਾਂ ਮੇਰਾ ਕੰਮ ਬਣਦਾ ਹੈ ਮੈਂ ਸ਼ੰਕ ਕਰ ਦੇਵਾਂ ਦਰੱਖਤ ਵੱਲ ਨੂੰ ਆਪਣੀ ਦ੍ਰਿਸ਼ਟੀ ਪਾਈ ਦਰੱਖਤ ਨੂੰ ਹਰਿਆ ਭਰਿਆ ਕਰਕੇ ਰੱਖ ਦਿੱਤਾ ਮੁਰਸ਼ਦ ਨੇ ਅੱਖਾਂ ਖੋਲ੍ਹੀਆਂ ਫਿਰ ਦੇਖਿਆ ਪਲਟ ਕੇ ਇਹ ਆ ਗਿਆ ਉਹੀ ਰਿੱਧੀਆਂ ਸਿੱਧੀਆਂ ਦਾ ਦਿਖਾਵਾ ਕਰਨ ਵਾਲਾ ਮੁਰਸ਼ਦ ਨੇ ਵਾਪਸ ਦਰੱਖਤ ਵੱਲ ਨੂੰ ਦੇਖਿਆ ਦਰੱਖਤ ਉਸੇ ਤਰ੍ਹਾਂ ਰੁੰਡ ਮਰੁੰਡ ਕਰਕੇ ਰੱਖ ਦਿੱਤਾ ਜਿਸ ਨੂੰ ਇੱਕ ਵੀ ਪੱਤਾ ਨਹੀਂ ਫਿਰ ਪੁੱਛਿਆ ਹਾਂ ਬਈ ਕੀ ਕਰਨਾ ਆ ਕਹਿੰਦਾ ਜੀ ਤੁਹਾਨੂੰ ਗੁਰੂ ਧਾਰਨ ਕਰਨਾ ਆ ਬਾਬਾ ਜੀ ਨੇ ਕਿਹਾ ਉਹਨਾਂ ਨੇ ਕਿਹਾ ਕਾਕਾ ਗੁਰੂ ਧਾਰਨਾ ਇਵੇਂ ਨਹੀਂ ਕੀਤਾ ਜਾਂਦਾ ਗੁਰੂ ਧਾਰਨ ਦੇ ਲਈ ਤਾਂ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਤੂੰ ਤਾਂ ਇਤਨੀ ਵੱਡੀ ਹੋਮੇ ਦੀ ਪੰਡ ਲੈ ਕੇ ਆਇਆ ਹੈ ਇੱਥੇ ਤਾਂ ਸਿਰ ਦੇਣਾ ਪੈਂਦਾ ਹੈ ਤਾਂ ਜਾ ਕੇ ਜੋ ਹੈ ਐਡਮਿਸ਼ਨ ਮਿਲਦੀ ਹੈ ਜਾ ਚੱਲਿਆ ਜਾ ਤੇਰੇ ਲਈ ਕੋਈ ਜਗ੍ਹਾ ਨਹੀਂ ਫਿਰ ਵਾਪਸ ਮੋੜ ਦਿੱਤਾ ਗਿਆ ਹੁਣ ਬੜਾ ਪਛਤਾ ਰਹੇ ਨੇ ਬਾਬਾ ਜੀ ਉਹ ਫਰੀਦਾ ਤੈਨੂੰ ਤਾਂ ਪਤਾ ਹੈ ਇਹ ਰਿੱਧੀਆਂ ਸਿੱਧੀਆਂ ਸਾਰੇ ਦੂਸਰੇ ਸਵਾਦ ਨੇ ਤੈਨੂੰ ਤਾਂ ਸੱਚੇ ਖੁਦਾ ਦੀ ਤਲਾਸ਼ ਹੈ ਰਿੱਧ ਸਿੱਧ ਅਵਰਾ ਸਾਧ ਤੂੰ ਕਿਉਂ ਆਪਣੇ ਇਹ ਦਿਖਾਵੇ ਕਰਨਾ ਹੈ ਤੀਸਰੀ ਵਾਰ ਗਏ ਫਰੀਦਾ ਤੇਰੇ ਪਾਸ ਕੁਛ ਨਹੀਂ ਤੇਰੇ ਪਾਸ ਕੱਖ ਨਹੀਂ ਤੇਰੇ ਪਾਸ ਇਹਨਾਂ ਚੀਜ਼ਾਂ ਵਿੱਚ ਨਾ ਫਸ ਤੈਨੂੰ ਜਿਸ ਖੁਦਾ ਦੀ ਤਲਾਸ਼ ਹੈ ਜਾਂ ਮੁਰਸ਼ਦ ਦੇ ਦੁਆਰੇ ਨੀਵਾਂ ਹੋ ਕੇ ਜਾ ਹੁਣ ਜਦੋਂ ਗਏ ਨੇ ਫਰੀਦਾ
ਮੈਂ ਕੱਖ ਵੀ ਨਹੀਂ ਹੁਣ ਜਦੋਂ ਗਏ ਨਾ ਮੇਰਾ ਮੁਜਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਹੁਣ ਜਦੋਂ ਇਸ ਭਾਵਨਾ ਦੇ ਨਾਲ ਗਏ ਨੇ ਹੁਣ ਕੋਈ ਪਰਚਾ ਵੀ ਨਹੀਂ ਪਿਆ ਹੁਣ ਕਿਹਾ ਗੁਰੂ ਨੇ ਕਿਹਾ ਕਾਕਾ ਬਖਤਿਆਰ ਨਾਮ ਦੇ ਗੁਰੂ ਨੇ ਕਾਕਾ ਆ ਜਾ ਐਡਮਿਸ਼ਨ ਮਿਲ ਗਈ ਬਾਬਾ ਜੀ ਬੜੇ ਖੁਸ਼ ਸ਼ੁਕਰ ਹੈ ਇਹ ਸੱਚੇ ਗੁਰੂ ਨੇ ਮੈਨੂੰ ਆਪਣੇ ਪਾਸ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦਿੱਤੀ ਹੈ ਐਡਮਿਸ਼ਨ ਤਾਂ ਮਿਲ ਗਈ ਇਤਿਹਾਸਕਾਰ ਲਿਖਦੇ ਨੇ ਇਹ ਕਾਕਾ ਬਖਤਿਆਰ ਨਾਮ ਦਾ ਮੁਰਸ਼ਦ ਇਤਨਾ ਡਾਢਾ ਹੈ 14 ਵਰੇ ਬਾਬਾ ਫਰੀਦ ਜੀ ਨੇ ਮੁਰੀਦੀ ਕੀਤੀ ਹੈ ਇਸ ਮੁਰਸ਼ਦ ਦੀ ਇਤਨਾ ਡਾਢਾ 14 ਵਰੇ ਬਾਬਾ ਫਰੀਦ ਜੀ ਨੂੰ ਬੁਲਾਇਆ ਹੀ ਨਹੀਂ ਹੋਰ ਜਿਤਨੇ ਸੇਵਕ ਨੇ ਉਹਨਾਂ ਨੂੰ ਬੁਲਾ ਰਹੇ ਨੇ ਗੱਲਬਾਤ ਕਰ ਰਹੇ ਨੇ ਔਰ ਸੇਵਾ ਵੀ ਬਾਬਾ ਜੀ ਨੂੰ ਪ੍ਰਮੁੱਖ ਮਿਲੀ ਹੋਈ ਹੈ ਮੁਰਸ਼ਦ ਨੂੰ ਰੋਜ਼ ਇਸ਼ਨਾਨ ਕਰਵਾਉਣ ਦੀ ਸੇਵਾ ਹੈ ਰਹਿੰਦੇ ਨੇ ਨੇੜੇ ਨੇੜੇ ਲੇਕਿਨ ਮੁਰਸ਼ਦ ਨੇ ਕਦੀ ਬੁਲਾਇਆ ਹੀ ਨਹੀਂ ਪਲਟ ਕੇ ਲੇਕਿਨ ਬਾਬਾ ਫਰੀਦ ਜੀ ਦਾ ਦੇਖੋ ਸਿਦਕ ਆ ਉਹ ਕਹਿੰਦੇ ਨੇ ਫਿਰ ਕੀ ਹੋਇਆ ਜੇ ਮੁਰਸ਼ਦ ਨਹੀਂ ਬੁਲਾ ਰਿਹਾ ਕਿ ਇਤਨਾ ਘੱਟ ਹੈ ਆਪਣੇ ਦੁਆਰੇ ਦੇ ਉੱਤੇ ਮੈਨੂੰ ਰੱਖਿਆ ਹੋਇਆ ਹੈ ਕਿ ਇਤਨਾ ਘੱਟ ਹੈ ਮੈਂ ਇਸ ਮੁਰਸ਼ਦ ਦੇ ਦਰਸ਼ਨ ਕਰ ਰਿਹਾ ਹਾਂ ਦਿਨ ਰਾਤ ਕਿ ਇਤਨਾ ਘੱਟ ਹੈ ਇਸਨੇ ਆਪਣੀ ਚੌਖਟ ਦੇ ਉੱਤੇ ਮੈਨੂੰ ਸੇਵਾ ਦੇ ਲਈ ਰੱਖਿਆ ਹੋਇਆ ਹੈ ਕਰ ਰਹੇ ਨੇ ਬੜੀ ਲਗਨ ਦੇ ਨਾਲ ਬੜੀ ਪ੍ਰੇਮ ਦੇ ਨਾਲ ਸੇਵਾ ਕਰ ਰਹੇ ਨੇ ਬੜੇ ਖੁਸ਼ ਨੇ ਸੇਵਾ ਕਰ ਕਰਕੇ ਅੰਦਰੋਂ ਬੇਸ਼ੱਕ ਮਨ ਦੇ ਵਿੱਚ ਇਹ ਤਾਂ ਹੈ ਜਿਵੇਂ ਬਾਕੀਆਂ ਨੂੰ ਆਵਾਜ਼ਾਂ ਪੈ ਰਹੀਆਂ ਨੇ ਕਦੀ ਮੇਰਾ ਨਾਮ ਲੈ ਕੇ ਵੀ ਮੇਰਾ ਮੁਰਸ਼ਦ ਮੈਨੂੰ ਬੁਲਾਏਗਾ ਨਹੀਂ ਵੀ ਬੁਲਾ ਰਿਹਾ ਫਿਰ ਵੀ ਸਬਰ ਵਿੱਚ ਨੇ ਕੋਈ ਗੱਲ ਨਹੀਂ ਇਹਦਾ ਦਰ ਨਹੀਂ ਛੱਡਣਾ ਇਹ ਮੈਨੂੰ ਖੁਦਾ ਦੇ ਨਾਲ ਮਿਲਾ ਕੇ ਰਹੇਗਾ ਹੁਣ ਤਾਂ ਪ੍ਰੇਮ ਹੀ ਹੋ ਗਿਆ ਉਸ ਮੁਰਸ਼ਦ ਦੇ ਨਾਲ ਇਤਨਾ ਬਸ ਉਸਨੂੰ ਦੇਖ ਦੇਖ ਕੇ ਜੀ ਰਹੇ ਨੇ ਦਿਨ ਰਾਤ ਆਪਣੀ ਸੇਵਾ ਵਿੱਚ 14 ਵਰੇ ਹੋ ਗਏ ਨੇ ਬਾਬਾ ਜੀ ਨੂੰ ਸੇਵਾ ਕਰਦਿਆਂ ਕਰਦਿਆਂ ਹੁਣ ਤਾਂ ਜਿਵੇਂ ਅੰਦਰ ਮੁਰਸ਼ਦ ਹੀ ਬਸ ਉਸੇ ਦੇ ਹੀ ਦਰਸ਼ਨ ਹੋ ਰਹੇ ਨੇ ਇਹੋ ਜਿਹੀ ਅਵਸਥਾ ਹੋ ਚੁੱਕੀ ਹੈ 14 ਵਰਿਆਂ ਬਾਅਦ ਕਾਕਾ ਬਖਤਿਆਰ ਨਾਮ ਦੇ ਮੁਰਸ਼ਦ ਨੇ ਇੱਕ ਹੋਰ ਪਰਚਾ ਪਾ ਦਿੱਤਾ ਸਰਦੀਆਂ ਦਾ ਮੌਸਮ ਬਾਬਾ ਜੀ ਦੀ ਸੇਵਾ ਹੈ ਮੁਰਸ਼ਦ ਨੂੰ ਇਸ਼ਨਾਨ ਕਰਵਾਉਣਾ ਗਰਮੀਆਂ ਵਿੱਚ ਸਾਦੇ ਜਲ ਦੇ ਨਾਲ ਕਰਵਾਉਂਦੇ ਨੇ ਸਰਦੀਆਂ ਦੇ ਵਿੱਚ ਗਰਮ ਜਲ ਕਰਕੇ ਇਸ਼ਨਾਨ ਕਰਵਾਉਂਦੇ ਨੇ ਹੁਣ ਸਰਦੀਆਂ ਦਾ ਮੌਸਮ ਔਰ ਕਹਿਰ ਦੀ ਬਾਰਿਸ਼ ਰਾਤ ਦਾ ਸਮਾਂ ਹੈ ਬਾਰਿਸ਼ ਇਤਨੀ ਹੋ ਰਹੀ ਹੈ ਕਿ ਦੁਬਾਰਾ ਚੋ ਚੋ ਕੇ ਸਾਰਾ ਜਿਹੜਾ ਹੈ ਸਭ ਕੁਛ ਭਿੱਜ ਚੁੱਕਾ ਹੈ ਔਰ ਬਾਬਾ ਜੀ ਰੋਜ਼ ਰਾਤ ਨੂੰ ਚੁੱਲ੍ਹੇ ਦੇ ਵਿੱਚ ਅੱਗ ਰੱਖ ਲਿਆ ਕਰਦੇ ਸਨ ਸਵੇਰ ਨੂੰ ਉੱਥੋਂ ਜਲਾ ਕੇ ਅੱਗ ਪਾਣੀ ਗਰਮ ਕਰਦੇ ਸਨ ਬਾਬਾ ਜੀ ਨੇ ਦੇਖਿਆ ਕਿ ਬਾਰਿਸ਼ ਇਤਨੀ ਹੈ ਕੋਠਿਆਂ ਕੰਧਾਂ ਸਭ ਕੁਛ ਚੋ ਚੁੱਕਾ ਹੈ ਜਾ ਕੇ ਚੁੱਲ੍ਹਾ ਚੈੱਕ ਕੀਤਾ ਚੁੱਲ੍ਹਾ ਪਾਣੀ ਦੇ ਨਾਲ ਭਰਿਆ ਹੈ ਉਸ ਵਿੱਚ ਅੱਗ ਨਹੀਂ ਹੁਣ ਸੋਚ ਰਹੇ ਨੇ ਕਿ ਥੋੜ੍ਹੇ ਸਮੇਂ ਬਾਅਦ ਅੰਮ੍ਰਿਤ ਵੇਲਾ ਹੋ ਜਾਵੇਗਾ ਔਰ ਮੁਰਸ਼ਦ ਦੇ ਲਈ ਗਰਮ ਪਾਣੀ ਮੈਂ ਰੱਖਣਾ ਹੈ ਗਰਮ ਕਰਕੇ ਤਾਂ ਅੱਗ ਨਹੀਂ ਤਾਂ ਗਰਮ ਪਾਣੀ ਮੈਂ ਕਿਵੇਂ ਕਰਾਂਗਾ ਅਗਰ ਗਰਮ ਪਾਣੀ ਨਹੀਂ ਕਰਕੇ ਦੇ ਰਿਹਾ ਮੇਰੀ ਸੇਵਾ ਅਧੂਰੀ ਹੈ ਅਗਰ ਠੰਡੇ ਜਲ ਦੇ ਨਾਲ ਇਸ਼ਨਾਨ ਕਰਵਾਵਾਂਗਾ ਕਹਿਰ ਦੀ ਸਰਦੀ ਹੈ ਤਾਂ ਮੇਰੀ ਸੇਵਾ ਅਧੂਰੀ ਹੈ ਲੇਕਿਨ ਅੱਗ ਨਹੀਂ ਮੇਰੇ ਪਾਸ ਮੈਂ ਕਿਵੇਂ ਇਸ਼ਨਾਨ ਕਰਵਾਵਾਂਗਾ ਗਰਮ ਜਲ ਦੇ ਨਾਲ ਸੋਚ ਰਹੇ ਨੇ ਕਿ ਗਰਮ ਜਲ ਦੇ ਨਾਲ ਹੀ ਇਸ਼ਨਾਨ ਕਰਵਾਉਣਾ ਹੈ ਕਰਾਂਗੀ ਫਿਰ ਸੋਚਦੇ ਨੇ ਇੱਥੇ ਅੱਗ ਨਹੀਂ ਤਾਂ ਬਾਹਰ ਕਿਤੇ ਅੱਗ ਹੋਵੇਗੀ ਕਿਸੇ ਦੇ ਘਰੋਂ ਕਿਸੇ ਦੇ ਦੁਆਰੇ ਉਹ ਮੰਗ ਕੇ ਲੈ ਕੇ ਆਵਾਂ ਲੇਕਿਨ ਸੇਵਾ ਅਧੂਰੀ ਨਹੀਂ ਰਹਿਣੀ ਚਾਹੀਦੀ ਸੋ ਬਾਬਾ ਫਰੀਦ ਜੀ ਦੇਖ ਰਹੇ ਨੇ ਵੀ ਬਾਹਰ ਜਾਵਾਂ ਤਾਂ ਬਾਹਰ ਮੌਸਮ ਬੜਾ ਖਰਾਬ ਹੈ ਬਾਰਿਸ਼ ਹੋ ਰਹੀ ਹੈ ਸਰਦੀ ਦਾ ਮੌਸਮ ਹੈ ਕਹਿੰਦੇ ਨੇ ਅਗਰ ਮੈਂ ਬਾਹਰ ਜਾਂਦਾ ਹਾਂ ਤਾਂ ਮੇਰੇ ਕੰਬਲੀ ਭਿੱਜਦੀ ਹੈ ਅਗਰ ਮੈਂ ਨਹੀਂ ਜਾਂਦਾ ਮੇਰੀ ਸੇਵਾ ਅਧੂਰੀ ਰਹਿ ਜਾਂਦੀ ਹੈ ਫਿਰ ਫਾਈਨਲੀ ਫੈਸਲਾ ਕਰ ਲਿਆ ਜੋ ਮਰਜ਼ੀ ਹੋ ਜਾਵੇ ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇ ਹੋ ਅਗਰ ਮੈਂ ਚੱਲਦਾ ਹਾਂ ਤਾਂ ਮੇਰੀ ਕੰਬਲੀ ਭਿੱਜਦੀ ਹੈ ਅਗਰ ਰੁਕਦਾ ਹਾਂ ਤਾਂ ਮੇਰੀ ਸੇਵਾ ਅਧੂਰੀ ਰਹਿ ਜਾਂਦੀ ਹੈ ਫਿਰ ਫੈਸਲਾ ਲੈ ਲਿਆ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੇ ਮੇ ਹੋ ਜਾਓ ਮਿਲਾਂ ਤੇਨਾ ਸੱਜਣਾ ਟੁੱਟੇ ਨਾਹੀਂ ਨੇ ਹੋ ਕਹਿੰਦੇ ਕੰਬਲੀ ਭਿੱਜਵੇ ਕੋਈ ਗੱਲ ਨਹੀਂ ਚਿੱਕੜ ਹੈ ਰਸਤੇ ਵਿੱਚ ਕੋਈ ਗੱਲ ਨਹੀਂ ਲੇਕਿਨ ਮੈਂ ਜਾਵਾਂਗਾ ਮੇਰੀ ਸੇਵਾ ਅਧੂਰੀ ਨਹੀਂ ਰਹਿਣੀ ਚਾਹੀਦੀ ਇੱਥੋਂ ਹੁਣ ਇਹ ਵੀ ਸਿੰਬੋਲਿਕ ਗੱਲਾਂ ਨੇ ਸਾਡੇ ਰਸਤੇ ਦੇ ਵਿੱਚ ਵੀ ਬੜੀਆਂ ਰੁਕਾਵਟਾਂ ਆਉਂਦੀਆਂ ਨੇ ਗਲੀਏ ਚਿੱਕੜ ਦੂਰ ਕਰ ਬੜੇ ਚਿੱਕੜ ਆਉਂਦੇ ਨੇ ਰਾਤ ਨੂੰ ਬੜਾ ਸੋਚ ਕੇ ਸੋਈਦਾ ਹੈ ਸਵੇਰੇ ਅੰਮ੍ਰਿਤ ਵੇਲੇ ਵਿੱਚ ਉੱਠਾਂਗੇ ਫਿਰ ਆਲਸ ਨਾਮ ਦਾ ਚਿੱਕੜ ਆ ਜਾਂਦਾ ਹੈ ਕਹਿੰਦਾ ਸੁੱਤਾ ਰਹਿ ਉਹ ਚਿੱਕੜ ਘਿਰ ਲੈਂਦਾ ਹੈ ਬਾਹਰ ਪਾਰਟੀਆਂ ਵਿੱਚ 11, 12, 1 ਵੱਜ ਜਾਣਗੇ ਆ ਇੰਟਰਨੈੱਟ 'ਤੇ ਬੈਠਦੇ ਹਾਂ ਹੋਰ ਕੁਛ ਕਰਦੇ ਹਾਂ ਸਾਰੀ ਰਾਤ ਵੀ ਬਿਤਾ ਦੇਵਾਂਗੇ ਇਹ ਸਭ ਚਿੱਕੜ ਸਾਨੂੰ ਘੇਰ ਕੇ ਰੱਖਦੇ ਨੇ
ਅੰਮ੍ਰਿਤ ਵੇਲੇ ਦਾ ਕੋਈ ਲੈਣਾ ਦੇਣਾ ਹੀ ਨਹੀਂ ਸਾਨੂੰ, ਇਹ ਸਭ ਚਿੱਕੜ ਸਾਨੂੰ ਘੇਰਦੇ ਨੇ। ਹੋਰ ਗੱਲਾਂ ਮੀਨਿੰਗਲੈਸ ਜਿੰਨੀਆਂ ਮਰਜ਼ੀ ਕਰ ਲਈਏ, ਇਹ ਸਾਰੇ ਚਿੱਕੜ ਨੇ ਸਾਡੇ ਰਸਤੇ ਵਿੱਚ, ਸਾਡਾ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣ ਹੋਣ ਦੇ ਲਈ ਸਾਰੀਆਂ ਰੁਕਾਵਟਾਂ ਜਿਹੜੇ ਚਿੱਕੜ ਨੇ। ਲੇਕਿਨ ਬਾਬਾ ਜੀ ਨੇ ਸੋਚ ਲਿਆ ਇਹਨਾਂ ਚਿੱਕੜਾਂ ਦੀ ਕੋਈ ਪਰਵਾਹ ਨਹੀਂ, ਮੇਰੀ ਸੇਵਾ ਅਧੂਰੀ ਨਹੀਂ ਰਹਿਣੀ ਚਾਹੀਦੀ, ਉਹ ਚੱਲ ਪਏ ਇਸ ਮਾਰਗ ਦੇ ਉੱਤੇ। ਅਸੀਂ ਵੀ ਅਗਰ ਫੈਸਲਾ ਕਰ ਲਈਏ ਕਿ ਇਹ ਜੀਵਨ ਜੋ ਸਾਨੂੰ ਮਿਲਿਆ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਜੋ ਅਸੀਂ ਹੁਣੇ ਬਾਣੀ ਵਿੱਚੋਂ ਸੁਣ ਕੇ ਹਟੇ ਹਾਂ, ਤਾਂ ਗੋਬਿੰਦ ਜੀ ਨੂੰ ਮਿਲਣ ਦੇ ਲਈ ਫਿਰ ਉਸ ਮਾਰਗ 'ਤੇ ਚੱਲਣਾ ਹੀ ਚੱਲਣਾ ਹੈ। ਆਪਣੇ ਆਪ ਵਿੱਚ ਚਿੱਕੜ ਦੂਰ ਹੋ ਜਾਣਗੇ। ਬਾਬਾ ਜੀ ਚੱਲ ਪਏ, ਬਾਰਿਸ਼ ਹੋ ਰਹੀ ਹੈ, ਚੱਲ ਪਏ ਨੇ, ਰੂਹ ਦੂਰ ਲਾਈਟ ਨਜ਼ਰ ਆ ਰਹੀ ਹੈ, ਤਾਂ ਪੱਕੀ ਗੱਲ ਹੈ ਜਿੱਥੇ ਲਾਈਟ ਨਜ਼ਰ ਆ ਰਹੀ ਹੈ ਉਹਨਾਂ ਦੇ ਘਰ ਅੱਗ ਹੋਵੇਗੀ ਹੀ ਹੋਵੇਗੀ, ਕਿਉਂਕਿ ਇਸ ਤਰ੍ਹਾਂ ਦੀਆਂ ਲਾਈਟਸ ਤਾਂ ਉਦੋਂ ਨਹੀਂ ਸਨ। ਤਾਂ ਜਿੱਥੇ ਅੱਗ ਹੋਵੇਗੀ ਉੱਥੇ ਹੀ ਰੋਸ਼ਨੀ ਨਜ਼ਰ ਆ ਰਹੀ ਹੋਵੇਗੀ। ਪਹੁੰਚ ਗਏ ਨੇ, ਜਾ ਕੇ ਦਰਵਾਜ਼ਾ ਖੜਕਾ ਦਿੱਤਾ ਗਿਆ, ਉਹ ਜਿਹੜਾ ਦਰਵਾਜ਼ਾ ਹੈ ਅੰਦਰੋਂ ਔਰਤ ਨਿਕਲੀ ਹੈ, ਉਹ ਵਿਸ਼ਵਾ ਹੈ, ਵਿਸ਼ਵਾ ਦਾ ਦਰ ਹੈ ਉਹ। ਉਸ ਔਰਤ ਨੇ ਪੁੱਛਿਆ ਕਿਉਂ ਆਏ ਹੋ, ਬਾਬਾ ਜੀ ਨੇ ਕਿਹਾ ਅੱਗ ਲੈਣ ਆਇਆ ਹਾਂ। ਤਾਂ ਔਰਤ ਦਾ ਆਪਣਾ ਅੰਦਾਜ਼, ਜਿਸ ਤਰ੍ਹਾਂ ਦਾ ਉਸਦਾ ਸੁਭਾਅ, ਜਿਸ ਤਰ੍ਹਾਂ ਦਾ ਉਸਦਾ ਕੰਮ, ਉਸੇ ਤਰ੍ਹਾਂ ਦਾ ਹੀ ਅੰਦਾਜ਼। ਉਸਨੇ ਕਿਹਾ ਅੱਗ ਐਵੇਂ ਨਹੀਂ ਮਿਲਦੀ ਇੱਥੇ, ਅੱਗ ਦੇ ਬਦਲੇ ਵਿੱਚ ਕੁਛ ਦੇਣਾ ਪੈਂਦਾ ਹੈ। ਬਾਬਾ ਜੀ ਨੇ ਕਿਹਾ ਮੈਂ ਆਪਣੇ ਮੁਰਸ਼ਦ ਦੀ ਖਾਤਰ ਆਇਆ ਹਾਂ, ਉਸਦੇ ਲਈ ਮੈਂ ਅੱਗ ਲੈਣ ਆਇਆ ਹਾਂ, ਤੁਸੀਂ ਜੋ ਕਹੋਗੇ ਮੈਂ ਤੁਹਾਨੂੰ ਦੇ ਦੇਵਾਂਗਾ, ਤੁਸੀਂ ਦੱਸੋ ਸਹੀ ਕੀ ਚਾਹੀਦਾ ਹੈ। ਉਹ ਔਰਤ ਤੋਂ ਅੱਗੇ ਸ਼ਰਾਰਤ ਕਰਦੀ ਹੈ, ਉਸਨੇ ਕਿਹਾ ਅੱਗ ਦੇ ਬਦਲੇ ਵਿੱਚ ਅੱਖ ਦੇਣੀ ਪਵੇਗੀ। ਔਰ ਬਾਬਾ ਜੀ ਨੇ ਸੱਚੀ ਮੁੱਚੀ ਆਪਣੀ ਅੱਖ ਦਾ ਡੇਲਾ ਕੱਢ ਕੇ ਉਸ ਔਰਤ ਨੂੰ ਦੇ ਦਿੱਤਾ। ਆਪ ਆਪਣੀ ਅੱਖ ਦੇ ਉੱਤੇ ਪਗੜੀ ਦਾ ਲੜ ਲਪੇਟ ਕੇ ਆ ਗਏ, ਅੱਗ ਲੈ ਕੇ ਉਸ ਔਰਤ ਦੇ ਕੋਲੋਂ ਆ ਗਏ ਨੇ। ਔਰ ਮਨ ਦੇ ਵਿੱਚ ਆਪਣੇ ਮੁਰਸ਼ਦ ਦਾ ਬੜਾ ਸ਼ੁਕਰਾਨਾ ਕਰ ਰਹੇ ਨੇ, ਸ਼ੁਕਰ ਹੈ ਕਹਿੰਦੇ ਅੱਖ ਦੇ ਕੇ ਵੀ ਅਗਰ ਅੱਗ ਮਿਲ ਗਈ ਹੈ ਔਰ ਮੇਰੀ ਸੇਵਾ ਅਧੂਰੀ ਨਹੀਂ ਰਹੇਗੀ। ਇਹ ਕਹਿੰਦੇ ਨੇ ਮੇਰੇ ਸਾਰੇ ਮੁਰਸ਼ਦ ਦਾ ਹੀ ਕਮਾਲ ਹੈ, ਉਸਨੇ ਸਾਰੀ ਵਿਧੀ ਬਣਾਈ। ਮਨ ਵਿੱਚ ਕੋਈ ਹੰਕਾਰ ਨਹੀਂ ਵੀ ਦੇਖੋ ਦੇਖੋ ਹੈ ਮੇਰੇ ਜਿਹਾ ਕੋਈ ਸੇਵਾਦਾਰ ਜਿਹੜਾ ਅੱਖ ਦੇ ਕੇ ਵੀ ਅੱਗ ਲੈ ਆਵੇ, ਇਸ ਤਰ੍ਹਾਂ ਦਾ ਕੋਈ ਭਾਵ ਨਹੀਂ। ਅੰਦਰ ਬਿਲਕੁਲ ਉਸਦੇ ਪ੍ਰੇਮ ਦੇ ਵਿੱਚ ਭਿੱਜੇ ਪਏ ਨੇ। ਹੁਣ ਲਿਆ ਕੇ ਅਗਨੀ ਜਲਾਈ, ਪਾਣੀ ਗਰਮ ਕੀਤਾ, ਮੁਰਸ਼ਦ ਨੂੰ ਇਸ਼ਨਾਨ ਕਰਵਾਇਆ। ਡਾਢਾ ਮੁਰਸ਼ਦ ਇਸ਼ਨਾਨ ਕਰ ਲਿਆ, ਚੁੱਪਚਾਪ 14 ਵਰੇ ਹੋ ਗਏ ਨੇ, ਹਾਲੇ ਵੀ ਬਾਬਾ ਜੀ ਨੂੰ ਨਹੀਂ ਬੁਲਾਇਆ, ਕਿਉਂਕਿ ਮੁਰਸ਼ਦ ਜੋ ਹੈ ਉਹ ਪੜ ਰਿਹਾ ਹੈ ਅੰਦਰ, ਕਿਤੇ ਸੂਖਮ ਰੂਪ ਦੇ ਵਿੱਚ ਮੈਂ ਭਾਵ ਤਾਂ ਨਹੀਂ। ਲੇਕਿਨ ਜਦੋਂ ਦੇਖਿਆ ਇਹ ਤਾਂ ਸ਼ੁਕਰਾਨੇ ਵਿੱਚ ਝੁਕਿਆ ਪਿਆ ਹੈ, ਇਹ ਤਾਂ ਸ਼ੁਕਰ ਸ਼ੁਕਰ ਕਰਦਾ ਹੈ ਕਿ ਮੇਰੇ ਮੁਰਸ਼ਦ ਨੇ ਆਪ ਹੀ ਸਾਰੀ ਵਿੱਧ ਬਣਾ ਕੇ ਆਪਣੀ ਸੇਵਾ ਵੀ ਆਪ ਹੀ ਪੂਰੀ ਕਰਾ ਲਈ। ਹੁਣ ਇਸ਼ਨਾਨ ਕਰਨ ਤੋਂ ਬਾਅਦ ਅੱਜ 14 ਵਰੇ ਬੀਤ ਚੁੱਕੇ ਨੇ, ਅੱਜ ਮੁਰਸ਼ਦ ਨੇ ਆਵਾਜ਼ ਮਾਰੀ ਕਾਕਾ ਫਰੀਦ। ਇਸ ਆਵਾਜ਼ ਨੂੰ ਕੰਨ ਤਰਸ ਰਹੇ ਸਨ 14 ਸਾਲਾਂ ਤੋਂ ਬਾਬਾ ਜੀ ਦੇ। ਪਹਿਲਾਂ ਤਾਂ ਯਕੀਨ ਹੀ ਨਹੀਂ ਆਇਆ ਕਿ ਮੇਰਾ ਨਾਮ ਲੈ ਕੇ ਬੁਲਾਇਆ ਗਿਆ ਹੈ। ਉਹ ਜਦੋਂ ਅੰਦਰ ਆਵਾਜ਼ ਪਹੁੰਚੀ, ਕੰਨਾਂ ਦੇ ਦੁਆਰੇ ਅੰਦਰ ਪਹੁੰਚੀ, ਬਾਬਾ ਫਰੀਦ ਜੀ ਦੀ ਹਿਰਦੇ ਦੀ ਧੜਕਣ 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 ਜਿਹੜੀ ਹੈ ਉਹ ਨਾਦ ਗਾਉਣ ਲੱਗ ਗਈ ਕਿ ਮੈਨੂੰ ਆਵਾਜ਼ ਮਾਰੀ ਹੈ। ਇਤਨੇ ਪ੍ਰੇਮ ਵਿੱਚ ਕੰਬਣਾ ਸ਼ੁਰੂ ਹੋ ਗਿਆ ਬਾਬਾ ਫਰੀਦ ਜੀ। ਤਾਂ ਕੰਬਦਿਆਂ ਕੰਬਦਿਆਂ ਆਪਣੇ ਮੁਰਸ਼ਦ ਵੱਲ ਨੂੰ ਜਾ ਰਹੇ ਨੇ, ਉਹਨਾਂ ਨੇ ਦੇਖਿਆ ਅੱਖ ਦੇ ਉੱਤੇ ਲੜ ਬੰਨੀ ਹੋਈ ਹੈ। ਉਹਨਾਂ ਨੇ ਕਾਕਾ ਇਹ ਕੀ ਕੀਤਾ ਹੋਇਆ ਹੈ? ਅੱਗੋਂ ਬਾਬਾ ਫਰੀਦ ਜੀ ਕਹਿੰਦੇ ਨੇ ਜੀ ਅੱਖ ਆਈ ਹੋਈ ਹੈ। ਅੱਗੇ ਲੋਕ ਬੜੇ ਪੋਜ਼ਿਟਿਵ ਵਰਡਸ ਯੂਜ਼ ਕਰਦੇ ਸਨ, ਨੈਗੇਟਿਵਿਟੀ ਨੂੰ ਨੇੜੇ ਵੀ ਨਹੀਂ ਸਨ ਆਉਣ ਦਿੰਦੇ। ਕਿਸੇ ਦੀ ਅੱਖ ਦੁੱਖਦੀ ਹੋਵੇ ਕਹਿਣਾ ਅੱਖ ਆਈ ਹੋਈ ਹੈ, ਆਪਣੇ ਬਿਜ਼ਨਸ ਕਾਰੋਬਾਰ ਕਹਿਣਾ ਦੁਕਾਨਾਂ ਵਧਾ ਕੇ ਆਏ ਹਾਂ, ਇਹ ਇਨਕਲੋਜ਼ ਜਾਂ ਬੰਦ ਕਰਕੇ ਇਸ ਤਰ੍ਹਾਂ ਦੇ ਸ਼ਬਦ ਬਿਲਕੁਲ ਵੀ ਇਸਤੇਮਾਲ ਨਹੀਂ ਸਨ ਕਰਦੇ। ਲੰਗਰ ਪ੍ਰਸ਼ਾਦਾ ਲਈ ਕੀ ਬੋਲਦੇ ਸਨ? ਹਾਂ, ਵੱਧ ਗਿਆ ਕਹਿਣਾ, ਲੰਗਰ ਵੱਧ ਗਿਆ, ਕੋਈ ਨੈਗੇਟਿਵ ਵਰਡ ਨਹੀਂ ਸਨ ਬੋਲਦੇ। ਤਾਂ ਬਾਬਾ ਫਰੀਦ ਜੀ ਨੇ ਵੀ ਆਪਣੇ ਮੁਰਸ਼ਦ ਨੂੰ ਕਿਹਾ ਜੀ ਅੱਖ ਆਈ ਹੋਈ ਹੈ। ਅੱਗਿਓਂ ਫਿਰ ਮੁਰਸ਼ਦ ਨੇ ਕਿਹਾ ਕਾਕਾ ਜੀ ਅੱਖ ਆਈ ਹੋਈ ਹੈ, ਫਿਰ ਤਾਂ ਆ ਹੀ ਗਈ ਹੈ, ਲੜ ਉਤਾਰ ਫਿਰ ਲੜ ਕਿਉਂ ਬੰਨਿਆ ਹੋਇਆ ਹੈ? ਬਾਬਾ ਜੀ ਨੇ ਲੜ ਉਤਾਰਿਆ, ਸੱਚੀ ਮੁੱਚੀ ਉੱਥੇ ਨਵੀਂ ਅੱਖ ਆਈ ਹੋਈ ਸੀ। ਇਤਿਹਾਸਕਾਰ ਲਿਖਦੇ ਨੇ ਲੇਕਿਨ ਉਹ ਅੱਖ ਥੋੜ੍ਹੀ ਜਿਹੀ ਛੋਟੀ ਆਈ। ਕਿਉਂ ਆਈ ਛੋਟੀ? ਉਹ ਮੁਰਸ਼ਦ ਦੇ ਪ੍ਰੇਮ ਦੀ ਨਿਸ਼ਾਨੀ ਹੈ। ਕਹਿੰਦੇ ਨੇ ਬਾਬਾ ਫਰੀਦ ਜੀ ਦੇ ਖਾਨਦਾਨ ਦੇ ਵਿੱਚੋਂ ਜਿਹੜੇ ਅੱਗਿਓਂ ਬੱਚੇ ਵੀ ਜਨਮ ਲੈਂਦੇ ਰਹੇ,
ਉਹਨਾਂ ਦੇ ਵੀ ਕਹਿੰਦੇ ਥੋੜ੍ਹਾ ਜਿਹਾ ਉਸੇ ਤਰ੍ਹਾਂ ਹੀ ਅੱਖ ਦੀ ਉਹ ਨਿਸ਼ਾਨੀ ਜਿੱਦਾਂ ਫੈਮਿਲੀ ਵਿੱਚ ਹੁੰਦੀ ਹੈ ਨਾ ਚੱਲਦੀ, ਇਵੇਂ ਹੀ ਆਉਂਦੀ ਰਹੀ ਕਾਫੀ ਲੰਬਾ ਸਮਾਂ। ਔਰ ਉਹ ਅੱਖ ਦੇਖਦੇ ਸਨ, ਜਿਸ ਬੱਚੇ ਦੀ ਅੱਖ ਇਸ ਤਰ੍ਹਾਂ ਹੁੰਦੀ ਸੀ ਉਹ ਪਰਿਵਾਰ ਵਾਲੇ ਬੜਾ ਵੱਡਾ ਜਸ਼ਨ ਮਨਾਉਂਦੇ ਸਨ ਕਿ ਸਾਡੇ ਪਿਤਾ ਪੁਰਖਿਆਂ ਨੇ, ਬਾਬਾ ਫਰੀਦ ਜੀ ਨੇ ਆਪਣੇ ਗੁਰੂ ਨੂੰ ਰਜਾਇਆ ਸੀ ਅੱਖ ਦੇ ਕੇ, ਸਾਡੇ ਖਾਨਦਾਨ ਵਿੱਚ ਉਹਨਾਂ ਦੀਆਂ ਬਖਸ਼ਿਸ਼ਾਂ, ਉਹਨਾਂ ਦੀਆਂ ਰਹਿਮਤਾਂ ਚੱਲੀਆਂ ਆ ਰਹੀਆਂ ਨੇ। ਤੋ ਅੱਜ ਕਾਕਾ ਬਖਤਿਆਰ ਨਾਮ ਦਾ ਮੁਰਸ਼ਦ, ਉਹਨਾਂ ਨੇ ਬਾਬਾ ਫਰੀਦ ਜੀ ਨੂੰ ਕਿਹਾ, ਕਾਕਾ 14 ਵਰਿਆਂ ਬਾਅਦ ਜਦੋਂ ਬੁਲਾਇਆ ਨਾ, ਬੜੀਆਂ ਫਿਰ ਰਹਿਮਤਾਂ ਵਰਸਾਈਆਂ, ਕਿਹਾ ਕਾਕਾ ਤੇਰੀ ਭਗਤੀ, ਤੇਰੀ ਸੇਵਾ ਥਾਈਂ ਪਈ ਹੈ, ਹੁਣ ਤੇਰੇ ਔਰ ਮੇਰੇ ਵਿੱਚ ਕੋਈ ਭੇਦ ਨਹੀਂ। ਘੁੱਟ ਕੇ ਆਪਣੇ ਗਲੇ ਦੇ ਨਾਲ ਲਗਾ ਲਿਆ, ਫਿਰ ਨਾਲ ਕਿਹਾ, ਕਾਕਾ ਜਿਵੇਂ ਤੂੰ ਖੁਦਾਏ ਪਾਇਆ ਹੈ ਨਾ, ਹੁਣ ਤੂੰ ਸੰਸਾਰ ਨੂੰ ਇਹ ਗਿਆਨ ਦੇ ਵੀ ਤੂੰ ਕਿਵੇਂ ਖੁਦਾਏ ਪਾਇਆ, ਹੁਣ ਤੇਰੀ ਇਹ ਸੇਵਾ ਨਹੀਂ ਜੋ ਤੂੰ ਇੱਥੇ ਕਰ ਰਿਹਾ ਸੀ, ਹੁਣ ਇਹ ਗਿਆਨ ਵੰਡ, ਹੁਣ ਤੂੰ ਰੋਸ਼ਨ ਹੈ, ਇਹ ਰੋਸ਼ਨੀ ਵੰਡ ਸੰਸਾਰ ਦੇ ਵਿੱਚ। ਬਾਬਾ ਜੀ ਨੇ ਫਿਰ ਰੋਸ਼ਨੀ ਵੰਡੀ, ਉਹ ਰੋਸ਼ਨੀ ਬਾਬਾ ਜੀ ਨੂੰ ਬਾਣੀ ਰੂਪ ਦੇ ਵਿੱਚ ਆਈ। ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਪਾਕ ਪਟਨ ਗਏ ਨੇ, ਬਾਬਾ ਫਰੀਦ ਜੀ ਦੀ ਗੱਦੀ ਦੇ ਉੱਤੇ ਜਿਹੜੇ ਬਾਰਵੇਂ ਸ਼ੇਖ ਬੈਠੇ ਸਨ, ਉਹਨਾਂ ਦੇ ਪਾਸੋਂ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਲੈ ਕੇ ਆਏ। ਇਹ ਸੱਚ ਨਾਲ ਜੁੜੀ ਹੋਈ ਬਾਣੀ ਗੁਰੂ ਨਾਨਕ ਦੇਵ ਜੀ ਨੇ ਅੱਗਿਓਂ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਸੌਂਪੀ, ਸਤਿਗੁਰੂ ਨੇ ਅੱਗਿਓਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ, ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਚੌਥੇ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਸਪੁਰਦ ਕੀਤੀ, ਸਤਿਗੁਰੂ ਨੇ ਅੱਗਿਓਂ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਉਹੀ ਬਾਣੀ ਦਿੱਤੀ। ਤੋ ਸਤਿਗੁਰਾਂ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ 1604 ਈਸਵੀ ਦੇ ਵਿੱਚ ਸੰਪਾਦਨਾ ਕੀਤੀ, ਬਾਬਾ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਹੈ। ਹੁਣ ਇਸ ਬਾਣੀ ਵਿੱਚ ਬੈਠ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਸੁਸ਼ੋਭਿਤ ਹੋ ਕੇ ਦੱਸ ਰਹੇ ਨੇ ਭਾਈ ਕਿਵੇਂ ਪਰਮਾਤਮਾ ਨੂੰ ਪਾਣਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਮੈਂ ਬੜਾ ਜੰਗਲਾਂ ਦੇ ਵਿੱਚ ਭਟਕਿਆ, ਮੈਨੂੰ ਖੁਦਾ ਜੰਗਲਾਂ ਦੇ ਵਿੱਚ ਨਹੀਂ ਮਿਲਿਆ। ਸਾਨੂੰ ਵੀ ਮੈਸੇਜ ਦੇ ਰਹੇ ਨੇ ਭਾਈ ਤੁਸੀਂ ਵੀ ਜੰਗਲਾਂ ਦੇ ਵਿੱਚ ਨਾ ਫਿਰਿਓ। ਕੀ ਕਹਿੰਦੇ ਨੇ ਬਾਬਾ ਫਰੀਦ ਜੀ, ਫਰੀਦਾ ਜੰਗਲ ਜੰਗਲ ਕਿਆ ਪਵੇ, ਵਣ ਕੰਡਾ ਮੋੜੇ, ਵੱਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਕਹਿੰਦੇ ਐਵੇਂ ਨਾ ਬਾਹਰ ਲੱਭਦੇ ਫਿਰੋ, ਪਰਮਾਤਮਾ ਤੁਹਾਡੇ ਹਿਰਦੇ ਵਿੱਚ ਹੈ, ਇੱਥੇ ਤਲਾਸ਼ੋ, ਤੁਹਾਨੂੰ ਇੱਥੇ ਮਿਲੇਗਾ। ਬਾਬਾ ਫਰੀਦ ਜੀ ਦੀ ਇਤਨੀ ਵਡਮੁੱਲੀ ਬਾਣੀ, ਬਾਣੀ ਸਾਰੀ ਵਡਮੁੱਲੀ ਹੈ ਲੇਕਿਨ ਬਿਲਕੁਲ ਕਲੀਅਰ ਕੱਟ ਫਾਰਮੂਲੇ ਨੇ। ਉਹਨਾਂ ਦੇ ਉੱਤੇ ਅਗਰ ਗੁਰੂ ਮਹਾਰਾਜ ਦੀ ਰਹਿਮਤ ਹੋ ਜਾਵੇ, ਅਸੀਂ ਚੱਲਣ ਲੱਗ ਜਾਈਏ, ਜੀਵਨ ਪਲਟੀ ਖਾ ਜਾਏਗਾ। ਬਾਬਾ ਫਰੀਦ ਜੀ ਦੀ ਬਾਣੀ ਦਾ ਇੱਕੋ ਫਾਰਮੂਲਾ ਅਗਰ ਅਸੀਂ ਲੈ ਲਈਏ, ਸਾਡੇ ਘਰਾਂ ਵਿੱਚ ਕਲੇਸ਼ ਖਤਮ, ਪੂਰੇ ਸੰਸਾਰ ਵਿੱਚ ਜਿਹੜਾ ਖਤਰਾ ਬਣਿਆ ਹੋਇਆ ਹੈ ਨਾ ਥਰਡ ਵਰਲਡ ਵਾਰ ਦਾ, ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਅਗਰ ਇਸਨੂੰ ਅਸੀਂ ਸਮਝ ਆਈਏ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਬੁਰੇ ਦਾ ਵੀ ਭਲਾ ਕਰੋ ਬਾਬਾ ਜੀ ਕਹਿੰਦੇ ਨੇ, ਸਾਡੇ ਕੋਲੋਂ ਤਾਂ ਭਲੇ ਦਾ ਵੀ ਭਲਾ ਨਹੀਂ ਹੁੰਦਾ, ਬਾਬਾ ਜੀ ਕਹਿੰਦੇ ਬੁਰੇ ਦਾ ਵੀ ਭਲਾ ਕਰੋ। ਕੌਣ ਕਰਦੇ ਨੇ ਬੁਰੇ ਦਾ ਭਲਾ? ਜਿਹੜੇ ਆਪਣੇ ਗੁਰੂ ਦੇ ਬਚਨ ਕਮਾਉਂਦੇ ਨੇ। ਕੀਤਾ ਹੈ ਬੁਰੇ ਦਾ ਭਲਾ ਕਲਗੀਧਰ ਪਾਤਸ਼ਾਹ ਜੀ ਦੇ ਅਨੰਨ ਸਿੱਖ ਭਾਈ ਸਾਹਿਬ ਭਾਈ ਘਨੱਈਆ ਜੀ ਨੇ ਜੰਗੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਪਾਣੀ ਪਿਲਾਇਆ ਸੀ, ਔਰ ਜਦੋਂ ਕਲਗੀਆਂ ਵਾਲਿਆਂ ਨੇ ਅੱਗੋਂ ਮਰਮ ਪੱਟੀਆਂ ਵੀ ਦਿੱਤੀਆਂ ਸਨ ਭਾਈ ਜ਼ਖਮੀਆਂ ਦੇ, ਇਹ ਵੀ ਤੁਸੀਂ ਕਰੋ, ਕੀਤਾ ਸੀ ਬੁਰੇ ਦਾ ਭਲਾ। ਤਾਂ ਮਹਾਰਾਜ ਕਹਿੰਦੇ ਤੁਸੀਂ ਵੀ ਸਾਰੇ ਇਵੇਂ ਕਰੋ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਜਦੋਂ ਤੁਸੀਂ ਗੁੱਸਾ ਨਹੀਂ ਕਰੋਗੇ ਕੀ ਹੋ ਜਾਏਗਾ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ, ਤੁਹਾਨੂੰ ਦੇਹ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ। ਅੱਜ ਮੈਡੀਕਲ ਸਾਇੰਸ ਵੀ ਕਹਿ ਰਹੀ ਹੈ ਕਿ ਕ੍ਰੋਧ ਕਰਨ ਦੇ ਨਾਲ ਇਹੋ ਜਿਹੇ ਜ਼ਹਿਰੀਲੇ ਕੈਮੀਕਲ ਸਾਡੇ ਅੰਦਰ ਪੈਦਾ ਹੋ ਜਾਂਦੇ ਨੇ ਜਿਸ ਦੇ ਨਾਲ ਸਾਡੇ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਨੇ। ਮਹਾਰਾਜ ਜੀ ਬਾਣੀ ਵਿੱਚ ਸਾਨੂੰ ਪਹਿਲਾਂ ਹੀ ਸਮਝਾ ਰਹੇ ਨੇ। ਹੋਰ ਬਾਬਾ ਫਰੀਦ ਜੀ ਕਹਿੰਦੇ ਨੇ, ਸਬਰ ਸੰਤੋਖ ਵਿੱਚ ਰਹਿਣਾ ਸਿਖਾਉਂਦੇ ਨੇ। ਕਹਿੰਦੇ ਨੇ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਬਹੁਤਾ ਦੁਖੀ ਪਤਾ ਕਿਉਂ ਹੈ ਮਨੁੱਖ? ਜੋ ਮਿਲਿਆ ਹੈ ਉਸਦਾ ਸ਼ੁਕਰਾਨਾ ਨਹੀਂ ਕਰਦੇ, ਔਰ ਦੂਸਰਿਆਂ ਵੱਲ ਦੇਖ ਦੇਖ ਕੇ ਆਪਣੇ ਆਪ ਨੂੰ ਦੁਖੀ ਕਰ ਰਹੇ ਹਾਂ, ਉਸਨੂੰ ਉਹ ਮਿਲਿਆ ਹੈ ਮੈਨੂੰ ਕਿਉਂ ਨਹੀਂ ਮਿਲਿਆ। ਬਾਬਾ ਜੀ ਕਹਿੰਦੇ ਨੇ ਤੁਹਾਨੂੰ ਜੋ ਮਿਲਿਆ ਨਾ ਰੁੱਖੀ ਸੁੱਖੀ ਖਾ ਕੇ ਉਹਦੇ ਸਬਰ ਸ਼ੁਕਰ ਦੇ ਵਿੱਚ ਰਹਿ। ਹੋਰ ਬਾਬਾ ਫਰੀਦ ਜੀ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਤੇ ਬੜਾ ਜ਼ੋਰ ਦਿੰਦੇ ਨੇ। ਕਹਿੰਦੇ ਨੇ ਪਹਿਲੇ ਪੈਰੇ ਫੁੱਲੜਾ ਪਲ ਵੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ।
ਪਹਿਲਾ ਪਹਿਰ ਇਹ ਰਾਤ ਦੇ ਚਾਰ ਪਹਿਰਾਂ ਦੀ ਗੱਲ ਕੀਤੀ ਹੈ। 6 ਤੋਂ 9 ਵਜੇ ਦਾ ਜੋ ਸਮਾਂ ਹੈ ਇਹ ਰਾਤ ਦਾ ਪਹਿਲਾ ਪਹਿਰ ਹੈ। ਇਸ ਦੇ ਵਿੱਚ ਬੰਦਗੀ ਕਰਨਾ ਇਵੇਂ ਹੈ ਜਿਵੇਂ ਕਿਸੇ ਪਲਾਂਟ ਨੂੰ ਫੁੱਲ ਲੱਗ ਜਾਂਦੇ ਨੇ, ਜਿਹੜਾ ਆਪਣਾ ਸ਼ਾਮਾਂ ਨੂੰ 6 ਤੋਂ 9 ਵਜੇ ਤੱਕ ਦਾ ਸਮਾਂ ਹੈ। ਔਰ ਸਵੇਰ ਨੂੰ ਅੰਮ੍ਰਿਤ ਵੇਲੇ ਫਿਰ ਕੀ ਲੱਗਦਾ ਹੈ, ਇਹ ਜਿਹੜਾ ਸ਼ਾਮ ਨੂੰ 6 ਤੋਂ 9 ਵਜੇ ਤੱਕ ਭਜਨ ਸਿਮਰਨ ਬੰਦਗੀ ਵਿੱਚ ਰਹੇ, ਸਵੇਰ ਨੂੰ ਜਦੋਂ ਉੱਠੇ ਫਿਰ ਬੰਦਗੀ ਕੀਤੀ, ਫਲ ਵੀ ਪਛਾਰਾ, ਫਿਰ ਫਰੂਟ ਬਣਦਾ ਹੈ ਉਸੇ ਦਾ ਹੈ। ਔਰ ਸਾਇੰਸ ਵੀ ਕਹਿ ਰਹੀ ਹੈ, ਦੇਖੋ ਸਤਿਗੁਰਾਂ ਦੀ ਸਾਇੰਸ ਕਿਤਨੀ ਜ਼ਬਰਦਸਤ, ਬਾਬਾ ਜੀ ਦੀ ਸਾਇੰਸ ਵੀ ਕਹਿ ਰਹੀ ਹੈ ਕਿ ਰਾਤ ਨੂੰ ਜਿਸ ਤਰ੍ਹਾਂ ਦੇ ਮਨੋਭਾਵ ਨਾਲ ਤੁਸੀਂ ਸੌ ਜਾਂਦੇ ਹੋ, ਅਖੀਰਲਾ ਥੋਟ ਸਾਰੀ ਰਾਤ ਤੁਹਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਕੰਮ ਕਰਦਾ ਹੈ, ਉਸਦਾ ਅਸਰ ਤੁਹਾਡੇ ਉੱਤੇ ਹੋ ਕੇ ਹੀ ਰਹਿੰਦਾ ਹੈ। ਤੋ ਜੋ ਰਾਤ ਨੂੰ ਜਿਨ੍ਹਾਂ ਭਾਵਾਂ ਵਿੱਚ ਸੁੱਤੇ, ਜਿਨ੍ਹਾਂ ਵਿਚਾਰਾਂ ਵਿੱਚ ਸੁੱਤੇ, ਸਵੇਰ ਨੂੰ ਸੁੱਤੇ ਉੱਠੋਗੇ ਉਹੀ ਭਾਵ ਅੱਗੇ ਚੱਲ ਰਹੇ ਹੋਣਗੇ, ਉਹੀ ਥੋਟਸ ਚੱਲ ਰਹੇ ਹੋਣਗੇ। ਹੁਣ ਰਾਤ ਨੂੰ ਅਗਰ ਬੰਦਗੀ ਕਰਕਿਆਂ ਸੌ ਗਏ, ਸਵੇਰੇ ਸੁੱਤੇ ਉੱਠਾਂਗੇ ਤਾਂ ਬੰਦਗੀ ਹੀ ਕਰਦਿਆਂ ਮਨ ਕਰੇਗਾ ਜੁੜਨ ਦੇ ਲਈ, ਨਾਮ ਜਪਣ ਲਈ, ਭਜਨ ਸਿਮਰਨ ਦੇ ਲਈ। ਲੇਕਿਨ ਅੰਮ੍ਰਿਤ ਵੇਲੇ ਦਾ ਧਿਆਨ ਜ਼ਰੂਰ ਰੱਖਣਾ ਹੈ। ਰਾਤਾਂ ਨੂੰ ਅਸੀਂ ਜਾਗਦੇ ਹਾਂ, ਅੰਮ੍ਰਿਤ ਵੇਲੇ ਅਸੀਂ ਸੁੱਤੇ ਹੁੰਦੇ ਹਾਂ। ਅੰਮ੍ਰਿਤ ਵੇਲੇ ਤੋਂ ਬਿਨਾਂ ਗੱਲ ਨਹੀਂ ਬਣੇਗੀ। ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ, ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾਲੇ, ਪਿੱਛੋਂ ਰਾਤੀ ਦਾ ਮਤਲਬ ਅੰਮ੍ਰਿਤ ਵੇਲਾ, ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾਲੇ, ਉਹਨਾਂ ਨੂੰ ਮਿਲਦਾ ਕੀ ਹੈ, ਖੇਮੇ ਛਤਰ ਸਰਾਏਚੇ ਦਿਸਨ ਰੱਥ ਪੀੜੇ, ਦਿਨੀ ਤੇਰਾ ਨਾਮ ਧਿਆਇਆ ਤੈਨੂੰ ਕੋ ਸਦ ਮਿਲੇ। ਹੇ ਵਾਹਿਗੁਰੂ ਜੀ, ਅੰਮ੍ਰਿਤ ਵੇਲੇ ਵਿੱਚ ਉੱਠ ਕੇ ਜਿਨ੍ਹਾਂ ਨੇ ਵੀ ਤੁਹਾਡਾ ਨਾਮ ਜਪਿਆ, ਉਹਨਾਂ ਦਾ ਲੋਕ ਵੀ ਸੁਖੀ, ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਖੇਮੇ ਛਤਰ ਸਰਾਏਚੇ ਮਤਲਬ ਪਰਮਾਤਮਾ ਉਹਨਾਂ ਲਈ ਰੱਥ, ਘੋੜੇ, ਅਸਵਾਰੀਆਂ, ਛਤਰ ਸਿੰਘਾਸਨ ਖਾਲੀ ਕਰ ਦਿੰਦਾ ਹੈ। ਔਰ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਵਿੱਚ ਵਾਹਿਗੁਰੂ ਦਾ ਨਾਮ ਜਪਿਆ, ਉਹਨਾਂ ਨੂੰ ਤਾਂ ਪਰਮਾਤਮਾ ਆਪ ਹੀ ਸੱਦ ਕੇ ਮਿਲ ਜਾਂਦਾ ਹੈ। ਲੋਕ ਵੀ ਸੁਖੀ, ਪਰ ਲੋਕ ਵੀ ਸੁਹੇਲਾ। ਹੋਰ ਬਾਬਾ ਜੀ ਕਹਿੰਦੇ ਨੇ, ਅਗਰ ਇਹ ਜੀਵਾਤਮਾ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ, 3 ਗੁਣ ਆਪਣੇ ਅੰਦਰ ਧਾਰਨ ਕਰ ਲਾ, ਨਿਵਣ ਸੁਅੱਖਰ ਖਵਣ ਗੁਣ, ਜਿਹਵਾ ਮਣੀਆਂ ਮੰਤ, ਇਹ ਤਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਨਿਵਣ ਸੁਅੱਖਰ, ਨਿਮਰਤਾ, ਇਹ ਧਾਰਨ ਕਰ ਲਾ ਬਾਬਾ ਜੀ ਕਹਿੰਦੇ, ਤਾਂ ਗੱਲ ਬਣੇਗੀ। ਦੂਸਰਾ ਖਵਣ ਗੁਣ, ਮਾਫ਼ ਕਰ ਦੇਣਾ, ਮਾਫ਼ੀ ਮੰਗ ਲੈਣੀ, ਇਹ ਨਹੀਂ ਅਸੀਂ ਕਰਦੇ। 30-30 ਸਾਲ ਅੰਦਰ ਪੁਰਾਣੀਆਂ ਗੱਲਾਂ ਲੈ ਕੇ ਬੈਠੇ ਹਾਂ, ਉਸਨੇ ਮੈਨੂੰ ਉਹ ਕਹਿ ਦਿੱਤਾ, ਉਹ ਕਹਿ ਦਿੱਤਾ। ਲੇਕਿਨ ਬਾਬਾ ਫਰੀਦ ਜੀ ਕਹਿੰਦੇ ਨੇ, ਅਗਰ ਤੂੰ ਰੱਬ ਨੂੰ ਮਿਲਣਾ ਹੈ ਨਾ, ਫਿਰ ਕਰ ਦੇ ਮਾਫ਼, ਛੱਡ ਦੇ ਸਭ ਨੂੰ। ਨਿਵਣ ਸੁਅੱਖਰ ਖਵਣ ਗੁਣ, ਜਿਹਵਾ ਮਣੀਆਂ ਮੰਤ, ਮਿੱਠੇ ਮਿੱਠੇ ਬੋਲ ਬੋਲ। ਸਾਰੇ ਕਲੇਸ਼ ਕੀ ਬੋਲਾਂ ਦੇ ਕਾਰਨ ਹੀ ਹੈ, ਘਰਾਂ ਵਿੱਚ ਕਲੇਸ਼। ਜਦੋਂ ਗਲਤ ਸ਼ਬਦਾਂ ਦਾ ਇਸਤੇਮਾਲ ਕਰਦੇ ਹਾਂ ਉਦੋਂ ਹੀ ਲੜਾਈਆਂ ਵੱਧਦੀਆਂ ਨੇ। 2 ਹੀ ਬੋਲ ਬੋਲੇ ਗਏ ਸੀ, ਅੰਨੇ ਦਾ ਅੰਨਾ, ਇਤਨਾ ਵੱਡਾ ਮਹਾਂਭਾਰਤ ਹੋ ਗਿਆ ਸੀ। ਇਵੇਂ ਹੀ ਅਸੀਂ ਜਦੋਂ ਨਹੀਂ ਧਿਆਨ ਰੱਖਦੇ ਆਪਣੇ ਸ਼ਬਦਾਵਲੀ ਦਾ, ਕਲੇਸ਼ ਘਰਾਂ 'ਚ ਵੱਧਦੇ ਨੇ। ਬਾਬਾ ਜੀ ਕਹਿੰਦੇ, ਤੁਸੀਂ ਮਿੱਠਾ ਬੋਲੋ ਭਾਈ। ਕਹਿੰਦੇ ਤਾਂ ਬਸ ਆਵੀ ਕੰਤ, ਪਰਮਾਤਮਾ ਹੀ ਤੁਹਾਡੇ ਵੱਸ ਵਿੱਚ ਆ ਜਾਵੇਗਾ। ਜੀਵਾਤਮਾ ਤੋਂ ਪਰਿਵਾਰ ਦੇ ਮੈਂਬਰਾਂ ਵਿੱਚ ਵੀ ਤਾਂ ਪਰਮਾਤਮਾ ਹੀ ਵੱਸਦਾ ਹੈ ਨਾ। ਅਗਰ ਪਰਿਵਾਰ ਵਿੱਚ ਇੱਕ ਦੂਸਰੇ ਨੂੰ ਪ੍ਰੇਮ ਦੇ ਨਾਲ ਬੋਲਾਂਗੇ ਤਾਂ ਪਰਿਵਾਰ ਵਿੱਚ ਵੀ ਤਾਂ ਇੱਕ ਦੂਸਰੇ ਨੂੰ ਪਾ ਸਕਦੇ ਹਾਂ ਨਾ, ਸਾਂਝ ਬਣੇਗੀ ਸਾਡੀ। ਸੋ ਬਾਬਾ ਜੀ ਨੇ ਸਾਨੂੰ ਬਹੁਤ ਬਹੁਤ ਸਿੱਖਿਆਵਾਂ ਦਿੱਤੀਆਂ, ਇੱਕ ਵੀ ਸਾਡੇ ਅਗਰ ਜੀਵਨ ਦੇ ਵਿੱਚ ਅਸਰ ਕਰ ਜਾਵੇ ਸਾਡਾ ਜੀਵਨ ਪਲਟੀ ਖਾ ਜਾਏਗਾ। ਹੁਣ ਗੁਰੂ ਪਿਆਰੀ ਸਾਧ ਸੰਗਤ ਜੀ, ਬਾਬਾ ਫਰੀਦ ਜੀ ਦੇ ਕੋਲ ਸੱਚਾ ਗੁਰੂ ਨਹੀਂ ਸੀ, ਬਾਅਦ ਵਿੱਚ ਆ ਕੇ ਮਿਲਿਆ। ਕਦੀ ਜੰਗਲਾਂ ਵਿੱਚ ਭਟਕੇ, ਕਦੀ ਕੁਛ ਕੀਤਾ, ਕਦੀ ਕੁਛ ਕੀਤਾ। ਲੇਕਿਨ ਸਾਨੂੰ ਅੱਜ ਗੁਰੂ ਤਲਾਸ਼ਣ ਜਾਣ ਦੀ ਜ਼ਰੂਰਤ ਨਹੀਂ, ਸਾਡੇ ਉੱਤੇ ਇਤਨੀ ਰਹਿਮਤ ਹੈ, ਅਸੀਂ ਗੁਰੂ ਦੇ ਚਰਨਾਂ ਵਿੱਚ ਹੀ ਬੈਠੇ ਹੋਏ ਹਾਂ। ਬਾਬਾ ਫਰੀਦ ਜੀ ਨੂੰ ਐਡਮਿਸ਼ਨ ਨਹੀਂ ਸੀ ਮਿਲਦੀ, ਸਾਨੂੰ ਐਡਮਿਸ਼ਨ ਦੀ ਕੋਈ ਰੁਕਾਵਟ ਨਹੀਂ ਹੈ, ਸਿਰਫ ਸਾਨੂੰ ਹੀ ਗੁਰੂ ਵੱਲ ਆਉਣ ਦੀ ਜ਼ਰੂਰਤ ਹੈ। ਫਿਰ ਆਪਣੇ ਗੁਰੂ ਦੀ ਕਿਤਨੀ ਚੱਕਰੀ ਕੀਤੀ, ਕਿਤਨੀ ਮੁਰਿੱਧੀ ਕੀਤੀ ਆਪਣੇ ਗੁਰੂ ਦੀ, ਗੁਰੂ ਦਾ ਦਰ ਨਹੀਂ ਛੱਡਿਆ। ਫਿਰ ਗੁਰੂ ਇੱਕ ਦਿਨ ਰੀਝ ਗਏ ਔਰ ਗੁਰੂ ਜੀ ਆਪਣਾ ਹੀ ਰੂਪ ਬਾਬਾ ਫਰੀਦ ਜੀ ਨੂੰ ਬਣਾ ਕੇ ਰੱਖ ਦਿੱਤਾ। ਅਸੀਂ ਵੀ ਗੁਰੂ ਦੇ ਘਰ ਵਿੱਚ ਐਡਮਿਸ਼ਨ ਲਈਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਦੀ ਰਹਿਤ ਮਰਿਆਦਾ ਵਿੱਚ ਚੱਲੀਏ। ਮਹਾਰਾਜ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਹਰ ਨਾਮ ਧਿਆਵੇ ਉੱਦਮ ਕਰੇ, ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਅੰਤਰ ਆਤਮਾ ਇਸ਼ਨਾਨ ਕਰੇ ਗੁਰੂ ਦੀਆਂ ਬਾਣੀ ਦੀਆਂ ਵਡਿਆਈਆਂ ਵਿਚਾਰਾਂ ਦੇ ਨਾਲ ਨਾਲ, ਮਨ ਦੀਆਂ ਮੈਲਾਂ ਧੋਵੇ, ਰਹਿਤ ਮਰਿਆਦਾ ਵਿੱਚ ਚੱਲੀਏ,
ਸਾਡਾ ਵੀ ਆਇਆ ਹੋਇਆ ਸੰਸਾਰ ਵਿੱਚ ਸਫਲਾ ਹੋ ਜਾਵੇ। ਮਹਾਰਾਜ ਜੀ ਰਹਿਮਤਾਂ ਕਰਨ ਆਪਣੀਆਂ।